ਪੰਜਾਬ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਆਬਵੀਸਲੀ ਸਾਡੇ ਰੂਟਸ ਨੇ ਇੱਥੇ ਆ ਕੇ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਆਪਣੇ ਬਾਰੇ ਪਤਾ ਲੱਗਦਾ ਕਿ ਅਸੀਂ ਕੌਣ ਆ ਤੁਹਾਨੂੰ ਲੱਗਦਾ ਵੀ ਉਹ ਸੇਮ ਚੀਜ਼ ਇੱਥੇ ਹੈਗੀ ਆ ਜਾਂ ਫਿਰ ਜੇ ਆਪਾਂ ਇਹਨੂੰ ਔਰਤਨ ਐਮਪਾਵਰਮੈਂਟ ਦੇ ਨਾਲ ਹੀ ਜੋੜ ਕੇ ਦੇਖੀ ਹੈ ਨਾ ਤਾਂ ਫਿਰ ਪੰਜਾਬ ਦਾ ਇੱਕ ਪੂਰਾ ਸਿਨੈਰੀਓ ਉਹ ਤੁਹਾਡੇ ਲਈ ਕਿਵੇਂ ਦਾ ਆ ਆਬੀਸਲੀ ਮੈਂ ਇੱਥੇ ਕੰਮ ਕਰਨ ਆਉਣੀ ਆ ਸੋ ਮੈਨੂੰ ਲੱਗਦਾ ਕਿ ਇੱਕ ਹੈ ਫਰੀडम ਜਿਹੜੀ ਆਪਾਂ ਕਹਿ ਸਕਦੇ ਆ ਪਰ ਸਿਰਫ ਚੰਡੀਗੜ੍ਹ ਤੇ ਮਹਾਲੀ ਸਾਈਡ ਪਿੰਡਾਂ ਚ ਜਾਨੇ ਆ ਉੱਥੇ ਬਹੁਤ ਡਿਫਰੈਂਟ ਮਾਹੌਲ ਹੈ ਉੱਥੇ ਕੁੜੀਆਂ ਜਿਹੜੇ ਸਾਥ ਦੇ ਨਾਲ ਬਾਹਰ ਵੀ ਨਿਕਲਦੀਆਂ ਨੇ ਉਹ ਇੱਕ ਹੈ ਝਿਜਕ ਸ਼ਾਇਦ ਪਰ ਮੈਂ ਉਹਦੇ ਨਾਲ ਇਹ ਵੀ ਕਹਿਣਾ ਚਾਹੁੰਗੀ ਕਿ ਕਿ ਸ਼ਾਇਦ ਇੱਕ ਰਿਸਪੈਕਟ ਵੀ ਆ ਆਪਣੇ ਕਲਚਰ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਆਪਾਂ ਤੁਰੀ ਸ਼ਰਮ ਤੇ लाज ਰੱਖਣੀ ਆ ਤੇ ਰਾਜ ਦੇ ਲਈ ਫਿਰ ਔਰਤ ਐਮਪਾਵਰਮੈਂਟ ਦਾ ਕੀ ਮਤਲਬ ਹੈ ਔਰਤ ਐਮਪਾਵਰਮੈਂਟ ਮੀਰੀ ਲਈ ਸਭ ਤੋਂ ਮੇਨ ਗੱਲ ਹੈ ਕਿ ਇੱਕ ਔਰਤ ਇੱਕ ਔਰਤ ਦਾ ਸਾਥ ਦੇ ਮੈਨੂੰ ਬਹੁਤ ਅਜੀਬ ਲੱਗਾ ਸੀਗਾ ਪਹਿਲਾਂ ਆ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੁੜੀਆਂ ਇੱਕ ਦੂਜੇ ਨਾਲ ਬੈਠਦੀਆਂ ਨਹੀਂ ਹੈਗੀਆਂ ਮੈਨੂੰ ਬੜਾ ਅਜੀਬ ਲੱਗਣਾ ਲਾਈਕ ਮੇਰੀ ਫਰੈਂਡ ਹੈ ਮੰਡੀ ਤਖਰ ਆਬਵੀਸਲੀ ਸਾਡੀ ਸੀਨੀਅਰ ਆਰਟਿਸਟ ਵੀ ਨੇ ਐਂਡ ਉਹ ਵੀ ਯੂਕੇ ਤੋਂ ਆਨੇ ਸੋ ਸਾਡੀ ਇੱਕ ਬਹੁਤ ਵਧੀਆ ਫਰੈਂਡਸ਼ਿਪ ਹੈ ਤੇ ਮੈਂ ਉਹਨਾਂ ਨਾਲ ਬੈਠ ਕੇ ਕਹਿੰਨਾ ਕਿ ਆਪਾਂ ਕਦੇ ਪਾਰਟੀਆਂ ਨਹੀਂ ਕੀਤੀਆਂ ਆਪਾਂ ਜਿੱਦਾਂ ਮੁੰਡੇ ਬੈਠਦੇ ਨੇ ਹਨਾ ਉਹਨਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਉਹ ਰੋਜ਼ ਰਾਤ ਨੂੰ ਬੈਠ ਜਾਂਦੇ ਨੇ ਕਿ ਉਹ ਕਹਿੰਦੀ ਇੱਥੇ ਨਹੀਂ ਇੱਥੇ ਹੈ ਹੀ ਨਹੀਂ ਉਹ ਕਿਉਂ ਜੌਬ ਮਿਲਣੀ ਚਾਹੀਦੀ ਸਿਰਫ ਸਾਡਾ ਫੇਸ ਦੇਖ ਕੇ ਨਹੀਂ ਕਿ ਅੱਛਾ ਇਹ ਸੋਹਣੀ ਹੈ ਇੰਗਲਿਸ਼ ਬੋਲ ਲੈਂਦੀ ਹੈ ਇਹਨੂੰ ਮੋਰੇ ਬੈਠਾਵਾਂਗੇ ਰਿਸੈਪਸ਼ਨ ਤੇ ਤਾਂ ਲੋਕੀ ਸੋਣਾ ਸਮਝਣਗੇ ਸਾਡੀ ਕੰਪਨੀ ਦਾਟਸ ਵਨ ਥਿੰਗ ਦੈਟ ਆਈ ਆਲਵੇਸ ਥਿੰਕ ਕਿ ਦੈਟਸ ਆਲਸੋ ਔਰੂਮਨ ਇੰਪਾਵਰਮੈਂਟ ਔਰੂਮਨ ਇੰਪਾਵਰਮੈਂਟ ਉੱਥੇ ਵੀ ਹੈ ਸੋ ਸਾਡੀ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੀ ਹੈ ਕਿਉਂਕਿ ਸਾਡੀ ਫਿਲਮ ਕਿਸੇ ਨੂੰ ਇਹ ਨਹੀਂ ਸਾਡੀ ਫਿਲਮ ਇਹ ਨਹੀਂ ਕਹਿ ਰਹੀ ਕਿ ਇੱਕ ਮਰਦ ਗਲਤ ਹੈ ਤੇ ਇੱਕ ਔਰਤ ਸਹੀ ਹੈ ਉਹ ਇਹ ਵੀ ਸਿਖਾ ਰਹੀ ਹੈ ਕਿ ਕਈ ਵਾਰ ਕੀ ਔਰਤ ਵੀ ਗਲਤ ਹੋ ਸਕਦੀ ਹੈ ਤੇ ਇੱਕ ਮਰਦ ਵੀ ਗਲਤ ਹੋ ਸਕਦਾ ਹੈ ਅਸੀਂ ਵਿਮਨਟੈਂਟ ਉੱਪਰ ਉੱਠ ਕੇ ਇੱਕ ਫਿਲਮ ਬਣਾਈ ਹੈ ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੀ ਹਾਂ ਤੁਸੀਂ ਅਨਮਿਊਟ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਆ 8 ਮਾਰਚ ਨੂੰ ਅਸੀਂ ਸਭ ਨੇ ਵਿਮਨ ਏਮਪਾਵਰਮੈਂਟ ਡੇ ਮਨਾਉਣਾ ਹੈ ਆ ਆਲਮੀ ਔਰਤ ਦਿਹਾੜਾ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਅਸੀਂ ਸੋਚਿਆ ਅਨ ਮਿਊਟ ਕਿਉਂਕਿ ਹਰ ਵਾਰ ਕੁਝ ਖਾਸ ਲੈ ਕੇ ਆਉਂਦਾ ਤਾਂ ਅਸੀਂ ਸੋਚਿਆ ਕਿ ਇਸ ਵਾਰ ਵਿਮਨ ᱮਮਪਾਵਰਮੈਂਟ ਤੇ ਜਾਂ ਆਲਮੀ ਔਰਤ ਦਿਹਾੜੇ ਤੇ ਅਸੀਂ ਕੀ ਖਾਸ ਲੈ ਕੇ ਆਈਏ ਤਾਂ ਉਸ ਦੇ ਨਾਲ ਅਸੀਂ ਫਿਰ ਸੋਚਿਆ ਵੀ ਇਸ ਵਾਰ ਕੁਝ ਵੱਖਰਾ ਕੀਤਾ ਜਾਵੇ ਇਸ ਵਾਰ ਪੰਜਾਬੀ ਸਿਨੇਮੇ ਨੂੰ ਇਸ ਦੇ ਨਾਲ ਜੋੜਿਆ ਜਾਵੇ ਪੰਜਾਬ ਦੇ ਵਿੱਚ ਆ ਇਸੇ ਦਿਨ 8 ਮਾਰਚ ਨੂੰ ਹੀ ਇੱਕ ਫਿਲਮ ਰਿਲੀਜ਼ ਹੋਣੀ ਹੈ ਗਿੱਫੀ ਗਰੇਵਾਲ ਹੋਰਾਂ ਦੀ ਜਿਸ ਦਾ ਨਾਮ ਹੈ ਮਿੱਤਰਾਂ ਦਾ ਨਾਂ ਚੱਲਦਾ ਇਸ ਫਿਲਮ ਦੇ ਵਿੱਚ ਖਾਸ ਤੌਰ ਤੇ ਔਰਤਾਂ ਦੀ ਸਥਿਤੀ ਬਾਰੇ ਹੀ ਦੱਸਿਆ ਗਿਆ ਹੈ ਔਰਤਾਂ ਦੇ ਆਲੇ-ਦੁਆਲੇ ird-gird ਹੀ ਇਹ ਫਿਲਮ ਘੁੰਮਦੀ ਹੈ ਤਾਂ ਅਸੀਂ ਉਸ ਦਾ ਹੀ ਜ਼ਿਕਰ ਕਰਾਂਗੇ ਉਸੇ ਫਿਲਮ ਦੇ ਇੱਕ ਅਦਾਕਾਰਾ ਸਾਡੇ ਨਾਲ ਰਾਜਦੀਪ ਸ਼ੋਕਰ ਇਸ ਇੰਟਰਵਿਊ ਦੇ ਵਿੱਚ ਹੋਣਗੇ ਇੰਟਰਵਿਊ ਨਹੀਂ ਇਸ ਨੂੰ ਅਸੀਂ ਕਹਿ ਸਕਦੇ ਡਿਸਕਸ਼ਨ ਕਹਿ ਸਕਦੇ ਹਾਂ ਗੱਲਬਾਤ ਕਹਿ ਸਕਦੇ ਹਾਂ ਅਸੀਂ ਔਰਤਾਂ ਦੇ ਉੱਤੇ ਕਰਾਂਗੇ ਇਸ ਤੋਂ ਇਲਾਵਾ ਪੂਰੀ ਦੁਨੀਆ ਭਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਔਰਤਾਂ ਅੱਗੇ ਵਧ ਰਹੀਆਂ ਨੇ ਉਸ ਦੇ ਬਾਰੇ ਗੱਲਬਾਤ ਕਰਾਂਗੇ ਰਾਜਦੀਪ ਸਾਡੇ ਨਾਲ ਜੁੜੇ ਹੋਏ ਨੇ ਰਾਜਦੀਪ ਕਿਉਂਕਿ ਪੰਜਾਬ ਤੋਂ ਬੇਸ਼ੱਕ ਨਹੀਂ ਨੇ ਪਰ ਪੰਜਾਬ ਦੇ ਵਿੱਚ ਕਿਸ ਤਰੀਕੇ ਔਰਤਾਂ ਦੇ ਹਾਲਾਤ ਨੇ ਉਹਨਾਂ ਨੂੰ ਬਖੂਬੀ ਸਮਝਦੇ ਨੇ ਤੇ ਇਸ ਕਰਕੇ ਹੀ ਉਹਨਾਂ ਨੂੰ ਅਸੀਂ ਅੱਜ ਇੰਟਰਵਿਊ ਦੇ ਵਿੱਚ ਬੁਲਾਇਆ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰਾਜੀਵ ਕੌਰ ਨੇ ਉਸ ਦਿਨ ਲਈ ਮੈਂ ਤੁਹਾਨੂੰ ਇੱਕ ਛੋਟੀ ਜੀ ਸੀ ਜ਼ਾਦ ਕਰਵਾ ਰਹੀਆਂ ਕਿ ਸਤਿੰਦਰ ਸਰਤਾਜ ਹੁਣਾਂ ਦਾ ਤੁਸੀਂ ਇੱਕ ਗਾਣਾ ਉਡਾਰਿਆ ਜ਼ਰੂਰ ਸੁਣਿਆ ਹੋਵੇਗਾ ਉਸ ਦੇ ਵਿੱਚ ਜਿਹੜੀ ਉਹ ਕਿਊਟ ਜੀ ਕੁੜੀ ਐ ਉਹ ਰਾਜੀਵ ਸ਼ੋਕਰ ਐ ਉਹ ਸਾਡੇ ਨਾਲ ਇਸ ਸਮੇਂ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋਸ਼ਕਾਲ ਜੀ ਥੈਂਕ ਯੂ ਸੋ ਮੱਚ ਟੂ ਦੀ ਅਨਮਿਊਟ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ? ਤੇ ਮੈਂ ਵੀ ਦੱਸ ਦਿੰਨੀ ਆ ਕਿ ਮੇਰੇ ਨਾਲ ਮੇਰੀਆਂ ਦੋ ਸਹਿਯੋਗੀ ਅਮਨਦੀਪ ਤੇ ਰੁਪਿੰਦਰ ਕੌਰ ਵੀ ਮੇਰੇ ਨਾਲ ਇਸ ਇੰਟਰਵਿਊ ਦੇ ਵਿੱਚ ਰਹਿਣਗੇ ਅਸੀਂ ਸਾਰੇ ਮਿਲ ਕੇ ਹੀ ਗੱਲਬਾਤ ਕਰਾਂਗੇ ਇੰਟਰਵਿਊ ਮੈਂ ਫਿਰ ਤੋਂ ਕਹਿ ਰਹੀ ਆ ਕਿ ਇੰਟਰਵਿਊ ਨਹੀਂ ਹੈ ਇੱਕ ਗੱਲਬਾਤ ਹੈ ਅਸੀਂ ਤੁਹਾਨੂੰ ਮਤਲਬ ਐਵੇਂ ਨਾ ਤੁਸੀਂ ਸਮਝੋ ਵੀ ਅਸੀਂ ਤਿੰਨ ਜਾਣੇ ਅਸੀਂ ਤੁਹਾਨੂੰ ਡਰਾਜੇ ਰਹੇ ਹਾਂ ਅਸੀਂ ਗੱਲਬਾਤ ਕਰਨੀ ਹੈ ਤੁਸੀਂ ਖੁੱਲ ਕੇ ਗੱਲਬਾਤ ਕਰਿਓ ਆ ਆਪਾਂ ਜਿਹੜੀ ਵੀ ਗੱਲ ਕਰਨੀ ਹੋਈ ਤੁਹਾਡੇ ਦਿਲ 'ਚ ਜੋ ਵੀ ਹੋਇਆ ਤੁਸੀਂ ਖੁੱਲ ਕੇ ਰੱਖ ਸਕਦੇ ਹੋ ਅਸੀਂ ਪੂਰਾ ਮੌਕਾ ਤੁਹਾਨੂੰ ਦਵਾਂਗੇ ਕਿਉਂਕਿ ਆ ਚਾਰ ਔਰਤਾਂ ਬੈਠੀਆਂ ਹੋਣ ਕੁੜੀਆਂ ਬੈਠੀਆਂ ਹੋਣ ਤੇ ਕੋਈ ਗੱਲਾਂ ਹੀ ਨਾ ਹੋਣ ਇਹ ਹੋ ਨਹੀਂ ਸਕਦਾ ਹਨ ਇਹ ਤਾਂ ਹੈ ਯਾ ਤਾਂ ਤੁਸੀਂ ਦੱਸੋ ਕਿਵੇਂ ਲੱਗਦਾ ਪੰਜਾਬ ਜਾ ਕੇ ਪੰਜਾਬ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਆਬਵੀਸਲੀ ਸਾਡੇ ਰੂਟਸ ਨੇ ਇੱਥੇ ਆ ਕੇ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਆਪਣੇ ਬਾਰੇ ਪਤਾ ਲੱਗਦਾ ਕਿ ਅਸੀਂ ਕੌਣ ਆ ਕਿੰਦਾ ਦੇ ਕਲਚਰ ਤੋਂ ਬਿਲੋਂਗ ਕਰਦੇ ਆ ਸੋ ਮੈਂ ਹਮੇਸ਼ਾ ਕਹਿੰਦੀ ਆ ਕਿ ਅਸੀਂ ਜਿੱਥੇ ਮਰਜ਼ੀ ਚੱਲ ਜਾਈਏ ਚਾਹੇ ਅਸੀਂ ਉੱਥੇ ਦੇ ਬੋਰਨ ਆ ਤੇ ਇੱਥੇ ਆਈਏ ਹੌਲੀਡੇਜ਼ ਲਈ ਜਾਂ ਪੈਰੈਂਟਸਾਂ ਦੇ ਨਾਲ ਅਸੀਂ ਹਮੇਸ਼ਾ ਇੱਥੇ ਦੀ ਹੀ ਹੋਵਾਂਗੇ ਅਮ ਬਿਕਾਜ਼ ਉੱਥੇ ਵੀ ਅਸੀਂ ਆਊਟਸਾਈਡਰ ਆ ਇੱਥੇ ਵੈਸੇ ਸਾਨੂੰ ਆਊਟਸਾਈਡਰ ਮੰਨਿਆ ਜਾਂਦਾ ਹੈ ਪਰ ਇੱਥੇ ਸਾਡਾ ਪਿਸ਼ੋਕੜ ਹੈ ਇੱਥੋਂ ਦਾ ਸੋ ਇੱਥੇ ਆ ਕੇ ਹਮੇਸ਼ਾ ਵਾਰਮਡ ਫੀਲ ਹੁੰਦੀ ਹੈ ਇੱਕ ਤੇ ਤੁਸੀਂ ਕਿਉਂਕਿ ਉੱਥੇ ਜਨਮੇ ਹੋ ਹਨਾ ਤੁਸੀਂ ਯੂਕੇ ਦੇ ਵਿੱਚ ਹੁਣ ਰਹਿ ਰਹੇ ਹੋ ਪੈਰਿਸ 'ਚ ਤੁਹਾਡਾ ਜਨਮ ਹੋਇਆ ਜੇਕਰ ਮੈਂ ਗਲਤ ਨਹੀਂ ਹਨਾ ਪੈਰਿਸ 'ਚ ਤੁਹਾਡਾ ਜਨਮ ਹੋਇਆ ਤੇ ਫਿਰ ਜਦੋਂ ਪੰਜਾਬ ਆਉਂਦੇ ਹੋ ਹਨਾ ਤੁਹਾਨੂੰ ਆਲੇ ਦੁਆਲੇ ਕਿਵੇਂ ਲੱਗਦਾ ਆ ਕਿਉਂਕਿ ਅਸੀਂ ਉਧਰ ਜਾ ਰਹੇ ਆ ਸਾਡੇ ਵੱਲੋਂ ਤਾਂ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਹਨਾ ਬਾਹਰਲੇ ਮੁਲਕਾਂ ਦੇ ਵਿੱਚ ਪਰ ਜਦੋਂ ਉਧਰ ਵਾਲੇ ਇੱਧਰ ਆਉਂਦੇ ਨੇ ਖਾਸ ਕਰਕੇ ਕੁੜੀਆਂ ਉਹਨਾਂ ਨੂੰ ਕੀ ਲੱਗਦਾ ਆ ਕਿਸ ਤਰੀਕੇ ਦਾ ਤੁਹਾਨੂੰ ਮਾਹੌਲ ਲੱਗਦਾ ਆ ਜੋ ਉੱਥੇ ਆਜ਼ਾਦੀ ਹੈਗੀ ਆ ਤੁਹਾਨੂੰ ਲੱਗਦਾ ਵੀ ਉਹ ਸੇਮ ਚੀਜ਼ ਇੱਥੇ ਹੈਗੀ ਆ ਜਾਂ ਫਿਰ ਜੇ ਆਪਾਂ ਇਹਨੂੰ ਔਰਤਾਂ ਦੇ ਇਮਪਾਵਰਮੈਂਟ ਦੇ ਨਾਲ ਹੀ ਜੋੜ ਕੇ ਦੇਖੀ ਹੈ ਨਾ ਤਾਂ ਫਿਰ ਪੰਜਾਬ ਦਾ ਇੱਕ ਪੂਰਾ ਸਿਨੈਰੀਓ ਉਹ ਤੁਹਾਡੇ ਲਈ ਕਿਵੇਂ ਦਾ ਆ ਓਬਵੀਅਸਲੀ ਮੈਂ ਇੱਥੇ ਕੰਮ ਕਰਨ ਆਉਣੀ ਆ ਸੋ ਮੈਨੂੰ ਲੱਗਦਾ ਕਿ ਇੱਕ ਹੈ ਫਰੀडम ਜਿਹੜੀ ਆਪਾਂ ਕਹਿ ਸਕਦੇ ਆ ਪਰ ਸਿਰਫ ਚੰਡੀਗੜ੍ਹ ਤੇ ਮਹਾਲੀ ਸਾਈਟ ਲੈਕ ਉਥੇ ਇੱਕ ਇਹੋ ਜਿਹਾ ਜੰਪ ਸ਼ਹਿਰਾਂ ਦੇ ਵਿੱਚ ਕਹਿ ਸਕਦੇ ਲੁਧਿਆਣਾ ਹੋ ਗਿਆ ਜਲੰਧਰ ਮੇਨ ਸਿਟੀ ਹੋਗੀ ਅੰਮ੍ਰਿਤਸਰ ਹੋ ਗਿਆ ਡੈਲੀ ਬੰਬੇ ਆਬਵੀਸਲੀ ਜਿਆਦਾ ਆਪਾਂ ਜਾਣਦੇ ਆ ਦੈਟਸ ਅਵੇ ਫਰਮ ਪੰਜਾਬ ਪਰ ਫਿਰ ਵੀ ਇਹੋ ਜਿਹੇ ਮੇਨ ਸਿਟੀਆਂ ਜਿਹੜੀਆਂ ਨੇ ਉਹਨਾਂ ਵਿੱਚ ਹੈ ਫਰੀडम ਮੈਂ ਦੇਖਦੀ ਆ ਕਿ ਕੁੜੀਆਂ ਜਿੱਦਾਂ ਬਾਹਰ ਨੇ ਉਦਾਂ ਹੀ ਇੱਥੇ ਨੇ ਪਰ ਜਦ ਆਪਾਂ ਪਿੰਡਾਂ ਚ ਜਾਂਦੇ ਆ ਉਥੇ ਬਹੁਤ ਡਿਫਰੈਂਟ ਮਾਹੌਲ ਹੈ ਉਥੇ ਕੁੜੀਆਂ ਜਿਹੜੇ ਸਾਥ ਦੇ ਨਾਲ ਬਾਹਰ ਵੀ ਨਿਕਲਦੀਆਂ ਨੇ ਉਹ ਇੱਕ ਹੈ ਚ ਜੋ ਸ਼ਾਇਦ ਪਰ ਮੈਂ ਉਹਦੇ ਨਾਲ ਇਹ ਵੀ ਕਹਿਣਾ ਚਾਹੁੰਗੀ ਕਿ ਸ਼ਾਇਦ ਇੱਕ ਰਿਸਪੈਕਟ ਵੀ ਆ ਆਪਣੇ ਕਲਚਰ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਆਪਾਂ ਥੋੜੀ ਸ਼ਰਮ ਤੇ ਲਾਜ ਰੱਖਣੀ ਆ ਸੋ ਉਹ ਗਲਤ ਨਹੀਂ ਹੈਗਾ ਉਹ ਰੱਖਣਾ ਵੀ ਚਾਹੀਦਾ ਆ ਉਹ ਹੋਣਾ ਵੀ ਚਾਹੀਦਾ ਆ ਕਿ ਉਹ ਉਹੀ ਆਪਣਾ ਕਲਚਰ ਆ ਹਮ ਪਰ ਹਾਂ ਜਦੋਂ ਆਪਾਂ ਕੁੜੀਆਂ ਤੇ ਪਾਬੰਦੀ ਲਾਉਣ ਲੱਗ ਜਾਂਦੇ ਆ ਉਹ ਚੀਜ਼ ਗਲਤ ਹੈ ਕਿ ਇੱਕ ਕੁੜੀ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਜਾਂ ਕਿਹੋ ਜੇ ਕੱਪੜੇ ਉਹਨੂੰ ਪਾਉਣੇ ਚਾਹੀਦੇ ਆ ਉਸ ਚੀਜ਼ ਤੇ ਮੈਂ ਬਹੁਤ ਨੋਟਿਸ ਕਰਦੀ ਆ ਕਿ ਇੱਥੇ ਜੇ ਕਿਸੇ ਦਿਨ ਮੈਂ crop top ਪਾ ਕੇ ਲੰਘ ਜਾਨੀ ਆ ਤਾਂ ਉਦੋਂ ਮੈਨੂੰ ਐਦਾ ਫੀਲ ਹੁੰਦਾ ਕਿ ਜ਼ਿਆਦਾ ਨਿਗਾਹ ਨੇ ਰਾਈਟ ਮੇਰੇ ਤੇ ਵੇਰ ਐਸ ਜਿੱਦਣ ਮੈਂ ਪੰਜਾਬੀ ਸੂਟ ਪਾਇਆ ਉਦੋਂ ਤਾਂ ਕੋਈ ਦੇਖਦਾ ਵੀ ਨਹੀਂ ਹੈਗਾ ਸੋ ਐਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹਜੇ ਹੈਗੀਆਂ ਨੇ ਬਟ ਬਹੁਤ ਜ਼ਿਆਦਾ ਗਰੋਥ ਹੋਈ ਹੈ ਮੈਂ ਜਦੋਂ ਹੌਲੀਡੇਜ਼ ਤੇ ਆਉਂਦੀ ਸੀਗੀ ਪਹਿਲਾਂ ਆਪਣੇ ਪੇਰੈਂਟਸਾਂ ਦੇ ਨਾਲ ਉਦੋਂ ਤਾਂ ਸਾਨੂੰ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਹੁੰਦੀ ਸੀ ਇਕੱਲਿਆਂ ਦੀ ਹੁਣ ਚਲੋ ਮੈਂ ਆਉਨੀ ਆ ਕੱਲੀ ਆਉਨੀ ਆ ਤੇ ਉਹਨਾਂ ਨੂੰ ਫੇਰ ਵੀ ਡਰਤਾ ਹੈ ਸ਼ਾਇਦ ਉਹਨਾਂ ਨੇ ਇਹੋ ਜਿਹਾ ਮਾਹੌਲ ਦੇਖੇ ਨੇ ਪੰਜਾਬ ਦੇ ਉਹ ਇਹੋ ਜਿਹਾ ਮਾਹੌਲ ਛੱਡ ਕੇ ਗਏ ਨੇ ਪੰਜਾਬ ਦੇ ਸੋ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਇਹੋ ਜਿਹੀ ਵਿਜ਼ਨ ਹੀ ਬਣੀ ਆ ਪੰਜਾਬ ਦੀ ਬਟ ਹੌਲੀ ਹੌਲੀ ਗ੍ਰੋਥ ਹੋ ਰਹੀ ਹੈ ਆਈ ਡੋਨਟ ਥਿੰਕ ਬਹੁਤ ਜ਼ਿਆਦਾ ਗ੍ਰੋਥ ਨਹੀਂ ਹੋਈ ਬਟ ਹੋ ਰਹੀ ਹੈ ਹੂੰ ਤੇ ਰਾਜ ਦੇ ਲਈ ਫਿਰ ਔਮਨ ਏਮਪਾਵਰਮੈਂਟ ਦਾ ਕੀ ਮਤਲਬ ਹੈ ਔਮਨ ਏਮਪਾਵਰਮੈਂਟ ਮੇਰੇ ਲਈ ਸਭ ਤੋਂ ਮੇਨ ਗੱਲ ਹੈ ਕਿ ਇੱਕ ਔਰਤ ਇੱਕ ਔਰਤ ਦਾ ਸਾਥ ਦਿੰਦੀ ਹੈ ਹੂੰ ਆਮ ਦੈਟਸ ਦਾ ਮੇਨ ਥਿੰਗ ਔਮਨ ਏਮਪਾਵਰਮੈਂਟ ਇਜ਼ ਨਾਟ ਕਿ ਆਪਾਂ ਆਪਣੇ ਆਪ ਨੂੰ ਇੱਕ ਟਰਮ ਬਹੁਤ ਯੂਜ਼ ਕੀਤੀ ਜਾ ਰਹੀ ਹੈ ਆਮ ਅ ਕੁਇਨ ਆਈ ਆਈ ਲਾਈਕ ਟੂ ਕਾਲ ਮਾਈਸੈਲਫ ਅ ਕੁਇਨ ਪਰ ਕੁਇਨ ਸਿਰਫ ਐਰਗੈਂਸ ਦੇ ਨਾਲ ਨਹੀਂ ਆਉਂਦਾ ਹੂੰ ਕਵੀਮ ਕਮਸ ਵਿਦ ਜਦ ਤੁਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਆ ਮੈਨੂੰ ਹਮੇਸ਼ਾ ਲੱਗਦਾ ਕਿ ਜਿਹੜੇ ਮਰਦ ਨੇ ਜਾਂ men in general ਚਾਹੇ ਉਹ ਸਾਡੀ ਇੰਡਸਟਰੀ ਦੇ ਵਿੱਚ ਨੇ ਚਾਹੇ ਉਹ ਇੰਡਸਟਰੀ ਤੋਂ ਬਾਹਰ ਨੇ ਉਹਨਾਂ ਦੇ ਨਾਲ ਇੱਕ ਉਹਨਾਂ ਨੇ ਆਪਣਾ ਇੱਕ ਸਰਕਲ ਬਣਾਇਆ ਹੋਇਆ ਇੱਕ ਦੂਜੇ ਨਾਲ ਬੈਠ ਜਾਂਦੇ ਆ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ ਸਾਡੀ ਮੈਨੂੰ ਬਹੁਤ ਅਜੀਬ ਲੱਗਾ ਸੀਗਾ ਪਹਿਲਾਂ ਆ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੁੜੀਆਂ ਇੱਕ ਦੂਜੇ ਨਾਲ ਬੈਠਦੀਆਂ ਨਹੀਂ ਹੈਗੀਆਂ ਮੈਨੂੰ ਬੜਾ ਅਜੀਬ ਲੱਗਣਾ ਲਾਈਕ ਮੀ ਫਰੈਂਡ ਹੈ ਮੰਡੀ ਤਖਰ ਆਬਵੀਸਲੀ ਸਾਡੀ ਸੀਨੀਅਰ ਆਰਟਿਸਟ ਵੀ ਨੇ ਐਂਡ ਉਹ ਵੀ ਯੂਕੇ ਤੋਂ ਨੇ ਸੋ ਸਾਡੀ ਇੱਕ ਬਹੁਤ ਵਧੀਆ ਫਰੈਂਡਸ਼ਿਪ ਹੈ ਤੇ ਮੈਂ ਉਹਨਾਂ ਨਾਲ ਬੈਠ ਕੇ ਕਹਣਾ ਕਿ ਆਪਾਂ ਕਦੇ ਪਾਰਟੀਆਂ ਨਹੀਂ ਕੀਤੀਆਂ ਆਪਾਂ ਜਿੱਦਾਂ ਮੁੰਡੇ ਬੈਠਦੇ ਨੇ ਹਨਾ ਉਹਨਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਉਹ ਰੋਜ਼ ਰਾਤ ਨੂੰ ਬੈਠ ਜਾਂਦੇ ਨੇ ਕਿ ਉਹ ਕਹਿੰਦੀ ਇੱਥੇ ਨਹੀਂ ਇੱਥੇ ਹੈ ਹੀ ਨਹੀਂ ਉਹ ਕਿਉਂ ਆਈ ਡੋਟ ਨੋ ਕਿਉਂ ਕੰਪੀਟੀਟਿਵਨੈਸ ਹੈ ਬਟ ਆਈ ਥਿੰਕ ਇੱਕ ਦੂਜੇ ਦੀ ਸਪੋਰਟ ਇੱਕ ਔਰਤ ਕਰੇ ਤਾਂ ਉਹ ਏਮਨ ਏਮਪਾਵਰਮੈਂਟ ਹੈ ਉਦੋਂ ਆਪਾਂ ਸਟਰੋਂਗ ਬਣਦੇ ਆ ਏਮਨ ਏਮਪਾਵਰਮੈਂਟ ਦਾ ਮਤਲਬ ਅਸੀਂ ਜਿਵੇਂ ਤੁਸੀਂ ਏਰੋਗੈਂਸੀ ਦੀ ਗੱਲ ਕੀਤੀ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਸਿਰਫ ਇਹ ਦਿਖਾਉਣ ਲੱਗੇ ਕਿ ਏਮਨ ਅਸੀਂ ਏਮਪਾਵਰ ਹੋ ਗਏ ਆ ਇਹਦਾ ਮਤਲਬ ਇਹ ਹੈ ਕਿ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਅਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਹੈਗੀ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੈਗਾ ਅਸੀਂ ਹਲਕਾ ਜਿਹਾ ਵੀ ਝੋਕ ਨਹੀਂ ਸਕਦੇ ਚਾਹੇ ਉਹ ਰਿਸ਼ਤੇ ਹੀ ਹੋਣ ਰਿਸ਼ਤਿਆਂ ਦੇ ਵਿੱਚ ਮੈਂ ਪੇਰੈਂਟਸ ਦੀ ਵੀ ਗੱਲ ਕਰਦੀਆਂ ਜਾਂ ਫਿਰ ਮੈਰਿਜ ਤੋਂ ਬਾਅਦ ਦੀ ਵੀ ਗੱਲ ਕਰਦੀਆਂ ਕਿ ਅਸੀਂ ਝੋਕਣਾ ਨਹੀਂ ਹੈਗਾ ਕਿਉਂਕਿ ਅਸੀਂ ਖੁਦ ਕਮਾ ਰਹੇ ਹਾਂ ਅਸੀਂ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਆ ਮੈਂ ਆਪਣੇ ਪੈਸੇ ਆਪ ਲੈ ਰਹੀ ਆ ਆਪ ਕਮਾਰੀਆਂ ਸਭ ਕੁਝ ਆਪ ਕਰ ਰਹੀ ਆ ਤਾਂ ਮੈਂ ਕਿਸੇ ਦੀ ਗੱਲ ਨਹੀਂ ਸਹੂੰਗੀ ਤੇ ਮੈਂ ਐਵੇਂ ਹੀ ਚੱਲੂੰਗੀ ਹਨਾ ਮੇਰਾ ਆਪਣੇ ਹੀ ਰੂਲਸ ਨੇ ਆਪਣੇ ਰੂਲਸ ਤੇ ਹੀ ਮੈਂ ਚੱਲੂੰਗੀ ਦੂਜਾ ਕੱਪੜਿਆਂ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਤੁਸੀਂ ਕਿਹਾ ਮੇਰੇ ਤੇ ਉਹ ਨਿਗਾਵਾਵਾਂ ਹੁੰਦੀਆਂ ਨਹੀਂ ਪਰ ਕੀ ਅਸੀਂ ਸਿਰਫ ਕੱਪੜਿਆਂ ਦੇ ਨਾਲ ਹੀ ਔਰਤ ਐਮਪਾਵਰਮੈਂਟ ਸ਼ੋਅ ਕਰਨੀ ਹੈ ਕਿ ਔਰਤ ਐਮਪਾਵਰਮੈਂਟ ਜਿਹੜੀ ਹੈ ਤਾਂ ਅਸੀਂ ਉਹ ਕੱਪੜੇ ਜਿਹੜੇ ਨੇ ਉਹ ਸਿਰਫ ਕੱਪੜੇ ਦਿਖਾਉਣਗੇ ਕਿ ਅਸੀਂ ਐਮਪਾਵਰ ਹੋ ਕੀਆ ਹੋਰ ਕੋਈ ਚੀਜ਼ਾਂ ਨਹੀਂ ਤੀਜਾ ਲੈਜ਼ਾ ਅਸੀਂ ਕਿਸ ਤਰੀਕੇ ਰਹਿਣਾ ਆ ਕਿਸ ਤਰੀਕੇ ਅਸੀਂ ਸੋਸਾਇਟੀ ਦੇ ਵਿੱਚ ਵਿਚਰਨਾ ਆ ਉਸ ਦੇ ਉੱਤੇ ਧਿਆਨ ਕਿਵੇਂ ਦੇਣਾ ਇਹ ਤਿੰਨ ਚੀਜ਼ਾਂ ਤੇ ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਗੱਲ ਕਰਿਓ ਆਬਵੀਅਸਲੀ ਔਰ ਊਮਨ ਇੰਪਾਵਰਮੈਂਟ ਇਜ਼ ਨਾਟ ਥੈਟ ਆਈ ਥਿੰਕ ਕੇਕੇ ਵਾਣਾਪਾ ਐਕਸਟ੍ਰੀਮ ਫੈਮਿਨਿਜ਼ਮ ਤੇ ਊਮਨ ਇੰਪਾਵਰਮੈਂਟ ਨੂੰ ਕਨਫਿਊਜ਼ ਕਰ ਲੈਣੇ ਆ ਮੈਂ ਨੋਟਿਸ ਕੀਤਾ ਹੈ ਕਿ ਪੰਜਾਬ ਦੇ ਵਿੱਚ ਉਹ ਇੱਕ ਡੈਫੀਨੇਸ਼ਨ ਕਨਫਿਊਜ਼ਡ ਹੈ ਮਿਸ ਅੰਡਰਸਟੂਡ ਕੀਤੀ ਗਈ ਹੈ ਉਹ ਫੈਮਿਨਿਜ਼ਮ ਇਜ਼ ਸਮਥਿੰਗ ਐਲਸ ਔਮਨ ਇੰਪਾਵਰਮੈਂਟ ਆਲਥੋ ਬੋਥ ਲਿੰਕਡ ਫੈਮਿਨਿਜ਼ਮ ਇਜ਼ ਅ ਥੀਰੀ ਉਹ ਥੀਰੀ ਇੱਕ ਜਿਹੜੀ ਆਪਾਂ ਅਪਲਾਈ ਕਰਦੇ ਆਂ ਕਿਸੇ ਚੀਜ਼ ਤੇ ਜੋ ਪੋਲਿਸੀਜ਼ ਬਣਦੀਆਂ ਨੇ ਤਾਂ ਫੈਮਿਨਿਸ ਫੈਮਿਨਿਸਟ ਜਿਹੜੀਆਂ ਹੁੰਦੇ ਨੇ ਉਹ ਫੈਮਿਨਿਸ ਲੈਂਸ ਦੇ ਥਰੂ ਦੇਖਦੀਆਂ ਨੇ ਕਿ ਇਹ ਪੋਲਿਸੀ ਇੱਕ ਔਰਤ ਦੇ ਕਿਹੜੇ ਹੱਕ ਦੇ ਵਿੱਚ ਐ ਤੇ ਕਿਹੜੇ ਹੱਕ ਦੇ ਵਿੱਚ ਨਹੀਂ ਹੈਗੀ ਇਹ ਚੀਜ਼ਾਂ ਹੁੰਦੀਆਂ ਨੇ ਇੱਥੇ ਐਕਸਟ੍ਰੀਮ ਫੈਮਿਨਿਜ਼ਮ ਐ ਕਈ ਕੁੜੀਆਂ ਕਨਫਿਊਜ਼ ਕਰ ਜਾਂਦੀਆਂ ਨੇ ਆਪਾਂ ਨੂੰ ਇਹ ਨਹੀਂ ਚਾਹੀਦਾ ਕਿ ਦੇਖੋ ਇੱਕ ਮਰਦ ਇੱਕ ਮਰਦੀ ਹੋਊਗਾ ਇੱਕ ਔਰਤ ਇੱਕ ਔਰਤ ਹੀ ਹੋਊਗੀ ਜੋ ਇੱਕ ਔਰਤ ਕਰ ਸਕਦੀ ਹੈ ਉਹ ਇੱਕ ਮਰਦ ਨਹੀਂ ਕਰ ਸਕਦਾ ਇੱਕ ਔਰਤ ਇੱਕ ਬੱਚੇ ਨੂੰ ਪੈਦਾ ਕਰ ਸਕਦੀ ਮਰਦ ਨਹੀਂ ਕਰ ਸਕਦਾ ਇੱਕ ਮਰਦ ਦੇ ਵਿੱਚ ਫਿਜ਼ੀਕਲ ਸਟਰੈਂਥ ਹਮੇਸ਼ਾ ਜ਼ਿਆਦਾ ਰਹੂਗੀ ਚਾਹੇ ਇੱਕ ਕੁੜੀ ਬੋਡੀ ਬਿਲਡਰ ਵੀ ਹੈ ਪਰ ਇੱਕ ਮਰਦ ਦੇ ਅਗੇਂਸਟ ਉਹ ਫਿਰ ਵੀ ਥੋੜੀ ਵੀਕ ਤਾਂ ਹੋਊਗੀ ਉਹ ਚੀਜ਼ਾਂ ਇਜ਼ ਉਹ ਨੀਚਰ ਹੈ ਉਹ ਰੱਬ ਨੇ ਜੋ ਜਿਹੜੇ ਸਾਹ ਦੇ ਨਾਲ ਆਪਾਂ ਨੂੰ ਕ੍ਰੀਏਟ ਕੀਤਾ ਹੈ ਉਹੀ ਹੈ ਬਟ ਵੂਮਨ ਇੰਪਾਵਰਮੈਂਟ ਇਜ਼ ਬੀਇੰਗ ਇਕੁਅਲ ਔਨ ਅ ਲੈਵਲ ਕਿ ਆਪਾਂ ਨੂੰ ਜੌਬ ਜਦ ਆਪਾਂ ਕਰਦੇ ਆ ਤਾਂ ਆਪਾਂ ਨੂੰ ਪੇ ਸੇਮ ਮਿਲਣੀ ਚਾਹੀਦੀ ਇਕੁਅਲ ਪੇ ਕੁਆਲੀਫਿਕੇਸ਼ਨਸ ਦੇਖ ਕੇ ਸਾਨੂੰ ਜੌਬ ਮਿਲਣੀ ਚਾਹੀਦੀ ਸਿਰਫ ਸਾਡਾ ਫੇਸ ਦੇਖ ਕੇ ਨਹੀਂ ਕਿ ਅੱਛਾ ਇਹ ਸੋਹਣੀ ਹੈ ਇੰਗਲਿਸ਼ ਬੋਲ ਲੈਂਦੀ ਹੈ ਇਹਨੂੰ ਮੋਰੇ ਬੈਠਾ ਵਾਂਗੇ ਰਿਸੈਪਸ਼ਨ ਤੇ ਤਾਂ ਲੋਕੀ ਸੋਹਣਾ ਸਮਝਣਗੇ ਸਾਡੀ ਕੰਪਨੀ ਨੂੰ ਦੈਟਸ ਵਨ ਥਿੰਗ ਦੈਟ ਆਈ ਆਲਵੇਸ ਥਿੰਕ ਕਿ ਦੈਟਸ ਆਲਸੋ ਔਮਨ ਇੰਪਾਵਰਮੈਂਟ ਔਮਨ ਇੰਪਾਵਰਮੈਂਟ ਉੱਥੇ ਵੀ ਹੈ ਜਿੱਥੇ ਜੇ ਤੁਸੀਂ ਦੇਖਿਆ ਹੋਵੇ ਕਿ ਆਪਣੇ ਲੀਗਲ ਫਰਮਸ ਜਾਂ ਫਿਰ ਪੋਲਿਟিক্যাল ਇੰਸਟੀਟਿਊਸ਼ਨਸ ਦੇ ਵਿੱਚ ਬਹੁਤ ਅੰਡਰ ਰੈਪਰੈਜ਼ੈਂਟਡ ਨੇ ਹੋਏ ਮੈਂ ਬਹੁਤ ਅੰਡਰ ਰੈਪਰੈਜ਼ੈਂਟਡ ਤੇ ਜਦੋਂ ਇੱਕ ਔਰਤ ਗੱਲ ਵੀ ਕਰਦੀ ਹੈ ਪਾਰਲੀਮੈਂਟ ਦੇ ਵਿੱਚ ਸਰਟਨਲੀ ਪੰਜਾਬ ਦੇ ਵਿੱਚ ਉਹਨੂੰ ਚੁੱਪ ਕਰਾ ਦਿੰਦੇ ਨੇ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਖੜ ਕੇ ਫੇਰ ਵਾਪਸ ਆਉਂਦੀਆਂ ਨੇ ਤੇ ਆਪਣਾ ਪੁਆਇੰਟ ਵੀ ਕੰਪਲੀਟ ਕਰਦੀਆਂ ਨੇ ਥੈਟਸ ਔਮਨ ਏਮਪਾਵਰਮੈਂਟ ਕਿ ਇੱਕ ਇਕੁਅਲ ਜੋ ਇੱਕ ਮਰਦ ਨੂੰ ਮਿਲਦਾ ਉਹ ਇੱਕ ਔਰਤ ਨੂੰ ਵੀ ਮਿਲੇ ਤੇ ਮੈਨੂੰ ਲੱਗਦਾ ਆਪਾਂ ਕਿਤੇ ਨਾ ਕਿਤੇ ਉਹਦੇ ਵਿੱਚ ਸਕਸੀਡ ਕਰ ਰਹੇ ਆ ਆਪਾਂ ਕਿੱਥੇ ਗਲਤ ਜਾ ਰਹੇ ਆ ਇਸ ਇਹੀ ਕਿ ਸੋ ਆਈ ਆਈ ਵਿਲ ਸੇ ਮੈਂ ਬਹੁਤ ਫੈਸ਼ਨ ਆਮ ਅ ਵੈਰੀ ਬਿਗ ਫੈਸ਼ਨ ਫਰੀਕ ਮੈਨੂੰ ਬਹੁਤ ਵਧੀਆ ਲੱਗਦਾ ਬਟ ਕਿਤੇ ਨਾ ਕਿਤੇ ਉਹ ਸ਼ਾਇਦ ਆਪਣੇ ਕਲਚਰ ਦੇ ਵਿੱਚ ਇੱਕ ਹੱਦ ਵੀ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਮੁੰਡਾ ਆਮ ਸੌਰੀ ਸ਼ਾਇਦ ਥੋੜੀ ਬੋਲਡ ਗੱਲ ਲੱਗੇ ਇੱਕ ਮੁੰਡਾ ਟੌਪਲੈਸ ਘੁੰਮ ਰਿਹਾ ਤਾਂ ਇੱਕ ਕੁੜੀ ਵੀ ਟੌਪਲੈਸ ਘੁੰਮੇ ਇਟਸ ਇਟਸ ਹਿਊਮਨ ਨੇਚਰ ਤੁਸੀਂ ਬੀਚ ਤੇ ਉਹ ਡੂਏ ਹੂੰ ਡੋਨਟ ਡੂ ਇਟ ਇਨ ਪਬਲਿਕ ਬਿਕਾਜ਼ ਇਟਸ ਨਾਟ ਆਪਣੇ ਕਲਚਰ ਚ ਅਕਸੈਪਟਡ ਹੀ ਨਹੀਂ ਹੈਗਾ ਨਾ ਪਹਿਲਾਂ ਤੋਂ ਹੀ ਨਹੀਂ ਹੈਗਾ ਹੂੰ ਸੋ ਇਹ ਚੀਜ਼ਾਂ ਨੇ ਜਿੱਥੇ ਆਪਾਂ ਥੋੜਾ ਕਨਫਿਊਜ਼ ਹੋ ਜੰਨੇ ਆ ਜੇ ਹੁਣ ਇੱਕ ਔਰਤ ਤੇ ਤੁਸੀਂ ਮੈਨੂੰ ਇੱਥੇ ਦੱਸਿਓ ਜੇ ਮੈਂ ਗਲਤਾਂ ਜੇ ਇੱਕ ਔਰਤ ਕਿਸੇ ਤੇ ਹੱਥ ਚੱਕਦੀ ਹੈ ਇੱਕ ਮਰਦ ਹੈ ਉਹ ਤੇ ਹੱਥ ਚੱਕਿਆ ਤੁਸੀਂ ਐਕਸਪੈਕਟ ਕਰਦੇ ਹੋ ਕਿ ਮਰਦ ਮੋਰਿਉ ਨਾ ਥੱਪੜ ਮਾਰੇ ਬਟ ਸੈਲਫ ਡਿਫੈਂਸ ਤਾਂ ਹੈ ਚਲੋ ਆਪਾਂ ਕਹਿੰਦੇ ਆ ਕਿ ਔਰਤ ਤੇ ਹੱਥ ਚੱਕਣਾ ਰੂਡ ਹੈ ਬਿਕਾਜ਼ ਇੱਕ ਔਰਤ ਮਾਂ ਸਮਾਨ ਹੁੰਦੀ ਹੈ ਕੋਈ ਵੀ ਹੈਨਾ ਆਪਾਂ ਦੇਵੀ ਦਾ ਰੂਪ ਮੰਨਦੇ ਆ ਇੱਕ ਔਰਤ ਨੂੰ ਸੋ ਨਹੀਂ ਆਪਾਂ ਹੱਥ ਚੱਕ ਇੱਕ ਮਰਦ ਨਹੀਂ ਹੱਥ ਚੱਕੂਗਾ ਆਟ ਅ ਰਿਸਪੈਕਟ ਆਫ ਹਿਊਮਨ ਨੇਚਰ ਐਂਡ ਮੈਚਿਉਰਿਟੀ ਹੈਨਾ ਇੱਕ ਕੀ ਕਹਿੰਦੇ ਨੇ ਜਿਹੜੀ ਅਪਬ੍ਰਿੰਗਿੰਗ ਜਿਹੜੀ ਆਪਾਂ ਨੂੰ ਦਿੱਤੀ ਹੈ ਕਿਸੇ ਵੀ ਮਰਦ ਨੂੰ ਇਹ ਅਪਬ੍ਰਿੰਗਿੰਗ ਨਹੀਂ ਦਿੰਦੀ ਕਿ ਤੁਸੀਂ ਔਰਤ ਤੇ ਹੱਥ ਚੱਕੋ ਹਮ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਕੋਈ ਔਰਤ ਜਿਹੜੀ ਹੈ ਉਹ ਮਰਦ ਨੂੰ ਐਵੇਂ ਹੀ ਮਾਰ ਮਾਰ ਥੱਪੜ ਉਹਨੂੰ ਸੈੱਟ ਕਰ ਦੇਵੇ ਉਹ ਕਦੇ ਮੈਂ ਤੈਨੂੰ ਸੈੱਟ ਕਰਾਂ ਆਫ ਕੋਰਸ ਦੈਟਸ ਵਾਟ ਆਮ ਸੇਇੰਗ ਕਿ ਜੇ ਤੁਸੀਂ ਆਬਵੀਅਸਲੀ ਇੱਕ ਹੱਦ ਟੱਪਦੇ ਹੋ ਹੁਣ ਇੱਕ ਮਰਦ ਜਦ ਇੱਕ ਬੰਦਾ ਇੱਕ ਬੰਦੇ ਨਾਲ ਫਾਈਟ ਕਰ ਰਿਹਾ ਹੈ ਉਹ ਜਦੋਂ ਉਹ ਵੀ ਤਾਂ ਇੱਕ ਦੂਜੇ ਨੂੰ ਸਟਾਪ ਕਰਨ ਦੀ ਕੋਈ ਇੱਕ ਲਿਮਿਟ ਹੁੰਦੀ ਹੈ ਨਾ ਕਿ ਬੰਦਾ ਮਰ ਜੂ राइट ਉੱਥੇ ਆਪਾਂ ਨੂੰ ਰੁਕਣਾ ਪੈਂਦਾ ਸੋ ਦੈਟਸ ਆਲਸੋ ਸਮ ਥਿੰਗਸ ਵੇਅਰ ਵੀ ਆਰ ਗੈਟਿੰਗ ਕੰਫਿਊਜ਼ਡ ਉੱਥੇ ਆਪਾਂ ਕੰਫਿਊ ਆਪਾਂ ਜਿਹੜਾ ਮੇਨ ਮੁੱਦਾ ਉਤੋਂ ਥੋੜਾ ਭਟਕ ਰਹੇ ਆ ਐਕਚੁਅਲੀ ਦੈਟਸ ਵਾਟ ਆਈ ਥਿੰਕ ਦ ਪ੍ਰੋਬਲਮ ਇਜ਼ ਰਾਈਟ ਨਾਓ ਪਰ ਜਿਸ ਤਰ੍ਹਾਂ ਸੀ ਫਿਲਮ ਦੇ ਟ੍ਰੇਲਰ ਦੇ ਵਿੱਚ ਦੇਖਿਆ ਨਾ ਇੱਕ ਮਰਦ ਇਹ ਤੁਹਾਨੂੰ ਸਪੋਰਟ ਕਰ ਰਿਹਾ ਹੈ ਚਾਰ ਕੁੜੀਆਂ ਨੂੰ ਉਸ ਚੀਜ਼ ਨੂੰ ਮੈਂ ਚਾਹੂੰਗੀ ਤੁਸੀਂ ਡਿਫਾਈਨ ਕਰੋ ਵੀ ਇੱਕ ਕੁੜੀ ਅਗੇਨਸਟ ਵੀ ਆ ਤੁਹਾਡੇ ਇੱਕ ਮਰਦ ਜਿਹੜਾ ਤੁਹਾਡੇ ਮਤਲਬ ਸਪੋਰਟ ਕਰ ਰਿਹਾ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਸੋ ਸਾਡੀ ਫਿਲਮ ਦੀ ਸਭ ਤੋਂ ਖਾਸ ਗੱਲ ਇਹੀ ਹੈ ਕਿਉਂਕਿ ਸਾਡੀ ਫਿਲਮ ਕਿਸੇ ਨੂੰ ਇਹ ਨਹੀਂ ਸਾਡੀ ਫਿਲਮ ਇਹ ਨਹੀਂ ਕਹਿ ਰਹੀ ਕਿ ਇੱਕ ਮਰਦ ਗਲਤ ਹੈ ਤੇ ਇੱਕ ਔਰਤ ਸਹੀ ਹੈ ਉਹ ਇਹ ਵੀ ਸਿਖਾ ਰਹੀ ਹੈ ਕਿ ਕਈ ਵਾਰ ਕੀ ਔਰਤ ਵੀ ਗਲਤ ਹੋ ਸਕਦੀ ਹੈ ਤੇ ਇੱਕ ਮਰਦ ਵੀ ਗਲਤ ਹੋ ਸਕਦਾ ਹੈ ਹਰ ਇੱਕ ਇਨਸਾਨ ਚੰਗਾ ਨਹੀਂ ਹੋ ਸਕਦਾ ਹਰ ਇੱਕ ਇਨਸਾਨ ਬੁਰਾ ਵੀ ਨਹੀਂ ਹੋ ਸਕਦਾ ਜਿਹੜਾ ਇਨਸਾਨ ਬੁਰਾ ਵੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਤਾਂ ਚੰਗਿਆਈ ਹੋਊਗੀ ਨਾ ਸਾਡੀ ਫਿਲਮ ਇਸ ਚੀਜ਼ ਤੇ ਹੈ आई नो आयरोनिकली ये बहुत सवाल आंदा है मैं एक दो इंटरव्यूज ਪਹਿਲਾਂ ਵੀ ਕਰ ਚੁੱਕੀ ਆਂ अबाउट ਮਿੱਤਰਾਂ ਦਾ ਨਾਂ ਚੱਲਦਾ ਉਹਦੇ ਵਿੱਚ ਵੀ ਇਹ ਸਵਾਲ ਆਇਆ ਕਿ ਕਿਉਂ ਵਿਮਨਸ ਦੇਤੇ ਇਹ ਫਿਲਮ ਆ ਰਹੀ ਹੈ ਜਿਹਦੇ ਵਿੱਚ ਮਰਦ ਹੀਰੋ ਹੈ ਤੇ ਔਰਤ ਨੂੰ ਨੈਗੇਟਿਵ ਲਾਈਟ ਦੇ ਵਿੱਚ ਦਿਖਾਇਆ ਪਰ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਤੁਹਾਨੂੰ ਇਹ ਰੀਅਲਾਈਜ਼ ਹੋਊਗਾ ਕਿ ਐਕਚੁਅਲੀ ਇਟਸ ਅ ਬਿਗਰ ਪਿਕਚਰ ਅਸੀਂ ਵਿਮਨ ਤੇ men ਨੂੰ ਉੱਪਰ ਉੱਠ ਕੇ ਇੱਕ ਫਿਲਮ ਬਣਾਈ ਹੈ ਜਿਹਦੇ ਵਿੱਚ ਇਹ ਦਿਖਾਇਆ ਹੈ ਆਈ ਥਿੰਕ जी इंटलैक्चुअल ऑडियंस है वो समझ पाएगी यही चीज़ कि एक्चुअली द फिल्म इज नॉट अबाउट वेमेन एंड मैन इट्स अबाउट ह्यूमन नेचर कि आप कि इंसानियत तो हट के चल चल लग गए हैं अपन इंसानियत भुल रही है या सो इट्स मोर अबाउट दैट इट्स नॉट के वे नॉट सई के श्वेता तिवारी जी का जोड़ा कैरैक्टर है वह गलत है असं यही कह रहे कि गिप्पी जी एक हीरो है इट्स नॉट ਇਟਸ ਅਬਾਊਟ ਸਪੋਰਟਿੰਗ ਵਨ ਅਨਦਰ ਉਹੀ ਮੈਂ ਗੱਲ ਸਟਾਰਟਿੰਗ ਦੇ ਵਿੱਚ ਕੀਤੀ ਸੀ ਕਿ ਇੱਕ ਔਰਤ ਔਰਤ ਦਾ ਸਾਥ ਦਿੰਦੀ ਹੈ ਇਹ ਉਹ ਜੇ ਬਹੁਤ ਡਾਇਲੌਗਸ ਨੇ ਸਾਡੀ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ ਜਦੋਂ ਅਸੀਂ ਤਾਨੀਆ ਦੇ ਕੈਰੈਕਟਰ ਨੂੰ ਬਿੰਦਰ ਦਾ ਕੈਰੈਕਟਰ ਜਿਹੜਾ ਹੈ ਉਹਨੂੰ ਜਾ ਕੇ ਅਸੀਂ ਵਾਪਸ ਲੈ ਕੇ ਆਉਨੇ ਆ ਉਦੋਂ ਅਸੀਂ ਸਾਡਾ ਇਹੀ ਹੈ ਕਿ ਇੱਕ ਮੇਰਾ ਡਾਇਲੌਗ ਆਉਣਾ ਹੈ ਉੱਥੇ ਕਿ ਜੇ ਅੱਜ ਅਸੀਂ ਭੱਜ ਗਈਆਂ ਤਾਂ ਅਸੀਂ ਪੂਰੀ ਉਮਰ ਭੱਜਦੀਆਂ ਰਵਾਂਗੀਆਂ ਆਪਣੇ ਆਪ ਤੋਂ ਸੋ ਇਟਸ ਨਾਟ ਕਿ ਸਿਰਫ ਇੱਕ ਮਰਦ ਹੈਲਪ ਕਰਦਾ ਹੈ ਆਬਵੀਅਸਲੀ ਇੱਕ ਯੂ ਨੀਡ ਸਪੋਰਟ ਫਰਮ ਵਨ ਅਨਦਰ ਦੈਟਸ ਦ ਮੇਨ ਟਾਪਿਕ ਆਫ ਆਰ ਐਂਡ ਸਪੋਰਟ ਮੈਨ ਲੱਗਦਾ ਉਹ ਮਰਦਾਂ ਨੂੰ ਵੀ ਚਾਹੀਦੀ ਹੁੰਦੀ ਹੈ ਇਹ ਜ਼ਰੂਰੀ ਨਹੀਂ ਕਿ ਸਿਰਫ ਔਰਤ ਨੂੰ ਹੀ ਸਪੋਰਟ ਚਾਹੀਦੀ ਆ ਮਰਦ ਨੂੰ ਵੀ ਸਪੋਰਟ ਚਾਹੀਦੀ ਆ ਉਹਨਾਂ ਨੂੰ ਵੀ ਪਹਿਲਾਂ ਪੇਰੈਂਟ ਸਪੋਰਟ ਕਰਦੇ ਆ ਫਿਰ ਦੋਸਤ ਸਪੋਰਟ ਕਰਦੇ ਆ ਫਿਰ ਵਾਈਫ ਸਪੋਰਟ ਕਰਦੀ ਆ ਫਿਰ ਹੌਲੀ ਹੌਲੀ ਬੱਚੇ ਸਪੋਰਟ ਕਰਨ ਲੱਗ ਜਾਂਦੇ ਨੇ ਮੋਰਲ ਸਪੋਰਟ ਸਭ ਨੂੰ ਚਾਹੀਦੀ ਆ ਹੈ ਨਾ ਅਸੀਂ ਹਰ ਰੋਜ਼ ਸੋਸਾਇਟੀ 'ਚ ਅਸੀਂ ਦੇਖਦੇ ਆ ਕੁਝ ਨਾ ਕੁਝ ਐਕਸਪੀਰੀਐਂਸਸ ਸਾਡੇ ਨਾਲ ਹੁੰਦੇ ਆ ਹੈ ਨਾ ਥੋੜਾ ਵੀ ਕੋਈ ਐਸਾ ਪਰਸਨਲ ਐਕਸਪੀਰੀਅੰਸ ਕੋਈ ਰਿਹਾ ਹੋਵੇ ਜਿਨੇ ਤੁਹਾਨੂੰ ਇਹ ਲੋਡ ਮਹਿਸੂਸ ਹੋਈ ਹੋਵੇ ਕਿ ਹਾਂ ਊਮਨ ਇੰਪਾਵਰਮੈਂਟ ਤੇ ਗੱਲ ਕਰਨੀ ਹੈ ਤੁਸੀਂ ਪੈਰਿਸ ਤੋਂ ਜਨਮੀ ਉਹ ਤੋਂ ਬਾਅਦ ਤੁਸੀਂ ਯੂਕੇ ਦੇ ਵਿੱਚ ਹੀ ਤੁਹਾਡੀ ਅਪਬ੍ਰਿੰਗਿੰਗ ਹੋਈ ਸਕੂਲਿੰਗ ਹੋਈ ਹੈ ਨਾ ਕਾਲਜ ਲਾਈਫ ਤੁਹਾਡੀ ਉੱਥੇ ਦੀ ਸੀਗੀ ਆ ਉਥੇ ਮੈਨੂੰ ਲੱਗਦਾ ਹੈ ਕਿ ਅ ਇਥੇ ਨਾਲੋਂ ਜ਼ਿਆਦਾ ਪੰਜਾਬ ਇੰਡੀਆ ਦੇ ਨਾਲੋਂ ਜ਼ਿਆਦਾ ਥੋੜੀ ਫ੍ਰੀडम ਹੈਗੀ ਆ ਹਨਾ ਤੁਸੀਂ ਖੁੱਲ੍ਹ ਕੇ ਗੱਲ ਰੱਖ ਸਕਦੇ ਹੋ ਆਪਣੇ ਪੇਰੈਂਟਸ ਨਾਲ ਗੱਲ ਕਰਦੇ ਹੋ ਆਪਣੇ ਸੋਸ਼ਲ ਸਰਕਲ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਹਨਾ ਤੁਹਾਨੂੰ ਕਦੋਂ ਲੋੜ ਮਹਿਸੂਸ ਹੋਈ ਕਿ ਔਰਤਨ ਐਮਪਾਵਰਮੈਂਟ ਤੇ ਗੱਲ ਹੋਣੀ ਚਾਹੀਦੀ ਹੈ ਉਥੇ ਹੋਈ ਜਾਫੇਰ ਉਹ ਪੰਜਾਬ ਦੇ ਵਿੱਚ ਆ ਕੇ ਜਾਂ ਤੁਸੀਂ ਜਦੋਂ ਇਸ ਇੰਡਸਟਰੀ ਦੇ ਵਿੱਚ ਆ ਗਏ ਕਿ ਨਹੀਂ ਯਾਰ ਉੱਥੇ ਤਾਂ ਹੀ ਕੁਝ ਹੈ ਨਹੀਂ ਸੀਗਾ ਪਰ ਇੱਥੇ ਐਵੇਂ ਹੋ ਰਿਹਾ ਹੁਣ ਇੱਥੇ ਆ ਕੇ ਮੈਨੂੰ ਲੱਗ ਰਿਹਾ ਕਿ ਵਿਮਨ ਨੂੰ ਏਮਪਾਵਰ ਹੋਣ ਦੀ ਲੋੜ ਹੈ ਜਦ ਕਿ ਉੱਥੇ ਤੁਹਾਨੂੰ ਨਹੀਂ ਲੱਗਦਾ ਸੀ ਆਈ ਥਿੰਕ ਉੱਥੇ ਸਾਨੂੰ ਇੱਕ ਫਰੀडम ਹੈ ਰਾਈਟ ਉੱਥੇ ਡੇ 1 ਤੋਂ ਇਹ ਚੀਜ਼ ਸਿਖਾਈ ਜਾਂਦੀ ਮੁੰਡੇ ਕੁੜੀਆਂ ਸੇਮ ਕਲਾਸ ਦੇ ਵਿੱਚ ਬੈਠਦੇ ਨੇ ਵੈਨ ਵੀ ਹੈਵ ਸੈਕਸ ਐਜੂਕੇਸ਼ਨ ਮੁੰਡੇ ਕੁੜੀਆਂ ਇੱਕ ਇੱਕੀ ਰੂਮ ਚ ਬੈਠ ਕੇ ਉਹ ਸਿੱਖਦੇ ਨੇ ਵੀ ਹੈਵ ਦੀ ਐਜੂਕੇਸ਼ਨ ਕਿ ਕੀ ਸਹੀ ਹੈ ਕਿੱਥੇ ਲਿਮਿਟ ਹੈ ਤੇ ਕੀ ਨੇਚਰਲ ਹੈ ਕੀ ਨਹੀਂ ਨੇਚਰਲ ਸੋ ਬਿਕੋਜ਼ ਇੱਕ ਮੁੰਡੇ ਨੂੰ ਵੀ ਸਿਖਾਇਆ ਜਾਂਦਾ ਇੱਕ ਕੁੜੀ ਨੂੰ ਵੀ ਸਿਖਾਇਆ ਜਾਂਦਾ ਤੇ ਇੱਕੀ ਰੂਮ ਚ ਬੈਠ ਕੇ ਸਿਖਾਇਆ ਜਾਂਦਾ ਨਾ ਦਾ ਇੱਕ ਰਿਸਪੈਕਟ ਹੈ ਮੈਂ ਨਹੀਂ ਕਹਿੰਦੀ ਕਿ ਉੱਥੇ 2 ਵਜੇ ਰਾਤ ਨੂੰ ਤੁਸੀਂ ਨਿਕਲਦੇ ਹੋ ਤਾਂ ਤੁਸੀਂ ਸੇਫ ਹੋ ਨੋ ਉਹ ਇੱਥੇ ਵੀ ਨਹੀਂ ਸੇਫ ਉੱਥੇ ਵੀ ਨਹੀਂ ਸੇਫ ਦੈਟਸ ਯੂ ਹੈਵ ਟੂ ਬੀ ਸਮਾਰ ਮੈਂ ਉੱਥੇ 2 ਵਜੇ ਰਾਤ ਨੂੰ ਨਿਕਲਾਂਗੀ ਰਾਤ ਤਾਂ ਉੱਥੇ ਵੀ ਹੈ ਕੁੜੀ ਤਾਂ ਮੈਂ ਉੱਥੇ ਵੀ ਆਂ ਰਾਈਟ ਸੋ ਇਟਸ ਨਾਟ ਦੈਟ ਇੱਥੇ ਆ ਕੇ ਮੈਨੂੰ ਕਦੋਂ ਲੋੜ ਮਹਿਸੂਸ ਨਹੀਂ ਮੈਂ ਕਹਿ ਸਕਦੀ ਬਟ ਕਿੱਥੇ ਮੈਨੂੰ ਥੋੜਾ ਜਿਹਾ ਲੱਗਾ ਇਟਸ ਪ੍ਰੋਬਬਲੀ ਵਨ ਆਈ ਵੈਂਟ ਟੂ ਦੀ ਇੰਡਸਟਰੀ ਕਿ ਨੋ एवरीवन ਇਜ਼ ਨਾਈਸ ਬੋਥ ਗਿੱਪੀ ਜੀ ਇਸ ਉਹ ਇਹੋ ਜੀ ਇੰਸਟੀਟਿਊਸ਼ਨ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਹਾਂ ਕਿ ਇਸ ਫਿਲਮ ਇੰਡਸਟਰੀ ਦੀ ਇੰਸਟੀਟਿਊਸ਼ਨ ਹੈ ਉਹ ਉਹਨਾਂ ਵੱਲੋਂ ਤੁਸੀਂ ਕਦੇ ਉਹਨਾਂ ਨਾਲ ਜਦ ਗੱਲ ਕਰੋਗੇ ਔਰਤਾਂ ਦੀ ਤਾਂ ਉਹ ਇੰਨੀ ਰਿਸਪੈਕਟ ਦੇ ਨਾਲ ਬੋਲਦੇ ਆ ਤੁਸੀਂ ਤੋਂ ਬਗੈਰ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਨਿਕਲਦੀ ਇੱਕ ਔਰਤ ਦੇ ਪ੍ਰਤੀ ਜਾਂ ਫਿਰ ਇਵਨ ਵਿਦ men ਹੀ ਸੋ ਰਿਸਪੈਕਟਫੁਲ ਸੋ ਹੀਸ ਜਸਟ ਐਨ ਐਗਜ਼ਾਮਪਲ ਮੈਂ ਦੇ ਰਹੀ ਹਾਂ ਨਾ ਨਾਟ ਬਿਕੋਜ਼ ਉਹ ਸਾਡੀ ਫਿਲਮ ਦੇ ਵਿੱਚ ਹੈ ਬਟ ਜਨਰਲੀ ਮੈਂ ਉਹਨਾਂ ਨੂੰ ਬਹੁਤ ਟਾਈਮ ਤੋਂ ਜਾਣ ਜਾਣਦੀ ਹਾਂ ਤੇ ਉਹ ਹਮੇਸ਼ਾ ਇੱਕ ਰਿਸਪੈਕਟ ਦੇ ਨਾਲ ਉਹਨਾਂ ਦੀ ਨਿਗਾਹ ਵੀ ਰਿਸਪੈਕਟ ਵਾਲੀ ਹੈ ਬਟ ਹਮੇਸ਼ਾ ਸਾਰੇ ਇੰਡਸਟਰੀ ਦੇ ਵਿੱਚ ਸਾਰੇ ਨਹੀਂ ਇਦਾਂ ਦੇ ਹੁੰਦੇ ਉਹ ਸਾਰੇ ਸਾਰੀਆਂ ਹੀ ਇੰਡਸਟਰੀਜ਼ ਦੇ ਵਿੱਚ ਹੈ ਸਿਰਫ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਹੀਂ ਮੈਡੀਅ ਦਿਨ ਕੇ ਲਾਅ ਦੇ ਵਿੱਚ ਮੇਰੀਆਂ ਜਿਹੜੀਆਂ ਕਜ਼ਨਸ ਕੰਮ ਕਰਦੀਆਂ ਨੇ ਇੱਥੇ ਉਹਨਾਂ ਨੂੰ ਵੀ ਹੈ ਇਹ ਪ੍ਰੋਬਲਮ ਕਈ ਲਾਇਰਜ਼ ਬਹੁਤ ਚੰਗੇ ਨੇ ਜਿਨ੍ਹਾਂ ਦੇ ਨਾਲ ਉਹ ਕੰਮ ਕਰਦੇ ਨੇ ਕਈ ਨਹੀਂ ਹੈਗੇ ਸੋ ਆਈ ਥਿੰਕ ਉੱਥੇ ਥੋੜਾ ਜਿਹਾ ਫੀਲ ਹੁੰਦਾ ਹੈ ਜਦੋਂ ਤੁਹਾਨੂੰ ਕੋਈ ਗਲਤ ਨਿਗਾਹ ਦੇ ਨਾਲ ਦੇਖਦਾ ਜਾਂ ਕੰਮ ਤੋਂ ਇਲਾਵਾ ਹੋਰ ਸਾਰੀਆਂ ਗੱਲਾਂ ਹੋ ਜਾਂਦੀਆਂ ਕੰਮ ਦੀ ਕੋਈ ਗੱਲ ਨਹੀਂ ਕਰਦਾ ਸੋ ਐਂਡ ਅਗੇਨ ਸਾਡੀ ਫਿਲਮ ਉਸ ਚੀਜ਼ ਤੇ ਵੀ ਸਭ ਤੋਂ ਮੇਨ ਸਾਡਾ ਮੁੱਦਾ ਇਹੀ ਹੈ ਸਾਡੀ ਫਿਲਮ ਦਾ ਕਿ ਕੰਮ ਤੋਂ ਇਲਾਵਾ ਜਦ ਗੱਲਾਂ ਹੋਣ ਲੱਗ ਜਾਂਦੀਆਂ ਤੇ ਕੰਮ ਦੀ ਕੋਈ ਗੱਲ ਨਹੀਂ ਕਰਦਾ ਕੁੜੀਆਂ ਦੇ ਨਾਲ ਉੱਥੇ ਪ੍ਰੋਬਲਮ ਹੈ ਯਾ ਤੁਸੀਂ ਹੁਣ ਫਿਰ ਫਿਲਮ ਦੇ ਆ ਜ਼ਿਕਰ ਕੀਤਾ ਤੇ ਇਹਦੇ ਨਾਲ ਹੀ ਮੈਂ ਜੋੜਨਾ ਚਾਹੂੰਗੀ ਕਿਉਂਕਿ ਮੀਡੀਆ ਦੇ ਵਿੱਚ ਜਦੋਂ ਅਸੀਂ ਕੰਮ ਕਰਨਾ ਹਨਾ ਤੁਸੀਂ ਬਾਹਰੋਂ ਆਏ ਹੋ ਤੇ ਤੁਸੀਂ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੇ ਪੇਰੈਂਟਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਈ ਹੋਊਗੀ ਹਨਾ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਹਨਾ ਤਾਂ ਪੰਜਾਬ ਦੇ ਪਿੰਡਾਂ 'ਚ ਜਦੋਂ ਕੁੜੀਆਂ ਨੇ ਨਿਕਲਣਾ ਆ ਇਸ ਇੰਡਸਟਰੀ ਦੇ ਲਈ ਤਾਂ ਉੱਥੇ ਬਹੁਤ ਤਰ੍ਹਾਂ ਦੀਆਂ ਡਰ ਵੀ ਹੁੰਦਾ ਹੈ ਬਹੁਤ ਹੁੰਦਾ ਹੈ ਕਿ ਸ਼ੱਕ ਹੁੰਦਾ ਹੈ ਕਿ ਉੱਥੇ ਐਵੇਂ ਹੈ ਜਾਂ ਇਹ ਕਹਿ ਸਕਦੇ ਆ ਕਿ ਗਲਤ ਧਾਰਨਾਵਾਂ ਬਣੀਆਂ ਹੋਈਆਂ ਨੇ ਕਿਉਂਕਿ ਅਸੀਂ ਤਾਂ ਇੰਡਸਟਰੀ ਦਾ ਹਿੱਸਾ ਨਹੀਂ ਬਣੇ ਹਨ ਸਾਨੂੰ ਤਾਂ ਨਹੀਂ ਪਤਾ ਤੁਹਾਨੂੰ ਜ਼ਿਆਦਾ ਪਤਾ ਹੈ ਪਰ ਉਹ ਜ਼ਰੂਰ ਹੈਗਾ ਕਿ ਜੇ ਇਸ ਇੰਡਸਟਰੀ ਦੇ ਵਿੱਚ ਸਾਡੀਆਂ ਕੁੜੀਆਂ ਕੰਮ ਕਰਨਗੀਆਂ ਤਾਂ ਕੁਝ ਗਲਤ ਹੋ ਜਾਊਗਾ ਕੁਝ ਗਲਤ ਹੋ ਜਾਊਗਾ ਤਾਂ ਫਿਰ ਸ਼ਾਇਦ ਐਸੇ ਡਰ ਤੋਂ ਉਹ ਇੰਡਸਟਰੀ ਦੇ ਵਿੱਚ ਨਹੀਂ ਭੇਜਦੇ ਤਾਂ ਔਰਤਾਂ ਇੰਪਾਵਰਡ ਹੋ ਰਹੀ ਹੈ ਪਰ ਇੱਕ ਡਰ ਦੇ ਨਾਲ-ਨਾਲ ਕਿ ਕੁੜੀਆਂ ਨੂੰ ਮੌਕਾ ਹੀ ਨਹੀਂ ਮਿਲ ਰਿਹਾ ਕਿ ਤੁਸੀਂ ਇਸ ਇੰਡਸਟਰੀ ਦਾ ਹਿੱਸਾ ਬਣੋ ਜਾਂ ਫਿਰ ਤੁਸੀਂ ਗਾਣਿਆਂ ਦੇ ਵਿੱਚ ਵੀ ਆਓ ਤੁਸੀਂ ਗਾਣੇ ਜਿਵੇਂ ਤੁਸੀਂ ਕੀਥੇ ਨੇ ਹਨਾ ਜਿਹੜੇ ਗਾਣੇ ਕਰ ਵੀ ਰਹੀਆਂ ਨੇ ਕੁੜੀਆਂ ਉਹਨਾਂ ਨੂੰ ਵੀ ਐਵੇਂ ਵੇਖਿਆ ਜਾਂਦਾ ਕਿ ਨਹੀਂ ਯਾਰ ਇਹ ਚੰਗਾ ਕੰਮ ਨਹੀਂ ਹੈਗਾ ਇਹ ਕੰਮ ਹੈਗਾ ਪਰ ਇਹ ਚੰਗਾ ਨਹੀਂ ਹੈਗਾ ਨਹੀਂ ਇਹ ਹੈ ਹੁਣ ਬਹੁਤ ਜ਼ਿਆਦਾ ਬਦਲ ਗਿਆ ਹੈ ਪਹਿਲਾਂ ਨਾਣੂ ਜਦੋਂ ਨੀਰੂ ਮੈਮ ਸੋਨਮ ਬਾਜਵਾ ਜਦੋਂ ਇਹ ਸਟਾਰਟ ਕਰ ਰਹੀ ਸੀ ਉਦੋਂ ਚੇਂਜ ਆਉਣਾ ਸ਼ੁਰੂ ਹੋ ਗਿਆ ਸੀ ਐਕਚੁਅਲੀ ਆਈ ਥਿੰਕ ਨੀਰੂ ਮੈਮ ਨੇ ਬਹੁਤ ਜ਼ਿਆਦਾ ਚੇਂਜ ਲੈ ਕੇ ਆਂਦਾ ਹੈ ਸੋਨਮ ਨੇ ਬਹੁਤ ਜ਼ਿਆਦਾ ਚੇਂਜ ਲੈ ਕੇ ਆਂਦਾ ਹੈ ਆਈ ਥਿੰਕ ਸੋਨਮ ਨੂੰ ਮੈਂ ਹਮੇਸ਼ਾ ਕਹਿੰਦੀ ਹਾਂ ਸ਼ੀ ਇਜ਼ ਅ ਪਾਇਨੀਅਰ ਇਨ ਆਰ ਇੰਡਸਟਰੀ ਸ਼ੀ ਹੈਜ਼ ਮੇਡ ਸ਼ੋਰ ਥੈਟ ਕੋਈ ਡਿਸਰੈਸਪੈਕਟਫੁਲ ਨਾ ਹੋਵੇ ਕੁੜੀਆਂ ਦੇ ਨਾਲ ਐਂਡ ਉਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਹੈਲਪ ਹੈ ਆਬਵੀਅਸਲੀ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੂੰਗੀ ਕਿ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਥੋੜੇ ਨੇ ਜਿਹੜੇ ਕੰਮ ਕਰਦੇ ਨੇ ਉਹ ਮੇਨ ਮੇਨ ਬੰਦੇ ਜਿਹੜੇ ਜਿਨ੍ਹਾਂ ਦੀਆਂ ਤੁਸੀਂ ਫਿਲਮਾਂ ਦੇਖਦੇ ਹੋ ਉਹ ਮੇਨ ਮੇਨ ਬੰਦੇ ਨੇ ਜਿਨ੍ਹਾਂ ਦੀਆਂ ਫਿਲਮਾਂ ਵਧੀਆ ਕਰ ਰਹੇ ਨੇ बार-बार ਆਉਂਦੇ ਨੇ ਫਿਲਮਾਂ ਬਣਾਉਣ ਜੀ ਸਟੂਡੀਓਜ਼ ਹੋ ਗਿਆ ਵੱਡੇ ਸਟੂਡੀਓਜ਼ ਹੋ ਗਿਆ ਵੱਡੇ ਵਾਈਟ ਹਿਲ ਸਟੂਡੀਓਜ਼ ਹੰਬਲ ਵਟ ਏਵਰ ਯੂ ਯੂ ਗਾਇਸ ਨੇਮ ਇ ਇਹ ਸਾਰੇ ਕੰਮ ਵਾਲੇ ਨੇ ਹੁਣ ਆਲੇ ਦੁਆਲੇ ਹੁੰਦੇ ਨੇ ਜਿਹੜੇ ਫੇਕ ਪ੍ਰੋਡਿਊਸਰ ਬਣੇ ਹੁੰਦੇ ਨੇ ਫੇਕ ਐਕਟਰਸ ਬਣੇ ਹੁੰਦੇ ਨੇ ਫੇਕ ਡਾਇਰੈਕਟਰਸ ਬਣੇ ਹੁੰਦੇ ਨੇ ਇਹ ਕਦੇ ਵੀ ਮੇਨ ਨਾਮ ਨਹੀਂ ਹੋਣਗੇ ਯੂ نو ਯੂ ਵਿਲ ਨੈਵਰ ਹੀਅਰ ਅ ਜਗਦੀਪ ਸਿੱਧੂ ਇਨ ਥਿਸ ਯੂ ਵਿਲ ਨੈਵਰ ਹੀਅਰ ਅ ਸਿਮਰਜੀਤ ਸਿੰਘ ਇਨ ਥਿਸ ਹਨਾ ਜਿਹੜੇ ਨਾਮ ਤੁਸੀਂ ਸੁਣੋਗੇ ਉਹ ਕਦੇ ਤੁਸੀਂ ਦੋ ਵਾਰ ਸੋਚੋਗੇ ਕਿ ਯਾਰ ਇਹ ਮੈਂ ਨਾਮ ਕਦੇ ਸੁਣਿਆ ਨਹੀਂ ਮੈਂ ਕਦੇ ਫਿਲਮ ਵੀ ਨਹੀਂ ਇਹਨਾਂ ਦੀ ਦੇਖ ਤੁਸੀਂ ਸਰਚ ਕਰੋਗੇ ਆਈ ਐਮ ਡੀ ਬੀ ਤੇ ਵੀ ਨਹੀਂ ਉਹ ਨਾਮ ਆਊਗਾ ਉਹ ਨਾਮ ਜਿਹੜੇ ਨੇ ਦੋਜ਼ ਆਰ ਦ ਪੀਪਲ ਦੈਟ ਆ ਜਿਹੜੇ ਕੁੜੀਆਂ ਨੂੰ ਗਲਤ ਰਾਸ ਰਾਸਤੇ ਪਾਉਂਦੇ ਨੇ ਸ਼ਾਰਟਕੱਟਸ ਹੈ ਜ਼ਰੂਰ ਹੈ ਬਟ ਬਹੁਤ ਕੱਟ ਕੁੜੀਆਂ ਸ਼ਾਰਟਕੱਟਸ ਅੱਜ ਕੱਲ ਲੈ ਰਹੀਆਂ ਨੇ which is <laughs> a very good thing because <laughs> ਜਦੋਂ ਇੱਕ ਕੁੜੀ ਸ਼ਾਰਟਕੱਟ ਲੈਂਦੀ ਉਹ ਸਾਰਿਆਂ ਲਈ ਹਾਰਡ ਹੋ ਜਾਂਦਾ ਆ ਬਾ ਇਟਸ ਜਸਟ ਦੈਟ ਕਿ ਲਾਈਕ ਯੈਸ ਆਵੈਸਲੀ ਡਰ ਹੈ ਬਟ ਤੁਸੀਂ ਇੱਕ ਵਾਰ ਲੈਟ ਤਾਂ ਕਰੋ ਕੁੜੀਆਂ ਨੂੰ ਜਾਣ ਤਾਂ ਦਿਓ ਕੰਮ ਤਾਂ ਕਰਨ ਦਿਓ ਹਨਾ ਮੇ ਪੇਰੈਂਟਸ ਨੂੰ ਆਈ ਐਮ ਵੈਰੀ ਲੱਕੀ ਮੇਰੇ ਪੇਰੈਂਟਸ ਇਨੇ ਜਿਆਦਾ ਸਪੋਰਟਿਵ ਨੇ ਇਨੇ ਜਿਆਦਾ ਸਪੋਰਟਿਵ ਨੇ ਦੇ ਹੈਵ ਨੈਵਰ ਇਵਨ ਟਨ ਆ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਤੁਸੀਂ ਆਪਣੇ ਬੱਚਿਆਂ ਤੇ ਵਿਸ਼ਵਾਸ ਇੱਕ ਵਾਰ ਕਰਕੇ ਦੇਖੋ ਆਪਣੀ ਕੁੜੀਆਂ ਤੇ ਵਿਸ਼ਵਾਸ ਕਰੋ ਐਂਡ ਆਈ ਥਿੰਕ ਕਿ ਤੁਸੀਂ ਇੱਕ ਵਾਰ ਉਹਨਾਂ ਨੂੰ ਭੇਜ ਕੇ ਵੇਖੋ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਨਾਲ ਖੜੇ ਹੋ ਜੋ ਹਨਾ ਤੁਸੀਂ ਉਹਨਾਂ ਨੂੰ ਪਿੱਛੇ ਨਾ ਲੈ ਕੇ ਆਓ ਤੁਸੀਂ ਨਾਲ ਖੜੇ ਹੋਵੋ ਕਿ ਅਸੀਂ ਤੁਹਾਨੂੰ ਸਪੋਰਟ ਕਰ ਰਹੇ ਹਾਂ ਜੇ ਪ੍ਰੋਬਲਮ ਆਈ ਵੀ ਹੈ ਆਪਾਂ ਇਸ ਦੇ ਵਿੱਚੋਂ ਨਿਕਲ ਜਾਵਾਂਗੇ ਹਨਾ ਤਾਂ ਉਹ ਚੀਜ਼ ਜਿਹੜੀ ਹੈ ਉਹ ਸ਼ਾਇਦ ਕਿਤੇ ਜ਼ਿਆਦਾ ਬੈਟਰ ਰਹੂਗੀ ਆਈ ਥਿੰਕ ਇੱਕ ਚੀਜ਼ ਮੈਂ ਇਸ ਪਲੇਟਫਾਰਮ ਤੇ ਜ਼ਰੂਰ ਕਹਿਣਾ ਚਾਹੂੰਗੀ ਐਂਡ ਜਿੰਨੇ ਵੀ ਸੁਣ ਰਹੇ ਨੇ ਇੱਕ ਪ੍ਰੋਬਲਮ ਮੈਨੂੰ ਜ਼ਰੂਰ ਹੈ ਹਜੇ ਵੀ ਹੁਣ ਤਾਂ ਚਲੋ ਬਹੁਤ ਚੇਂਜ ਹੋ ਗਿਆ ਕਿ ਇੱਕ ਜਦੋਂ ਮੈਂ ਸੌਂਗਸ ਬਹੁਤ ਘੱਟ ਕੀਤੇ ਨੇ ਬਟ ਮੈਂ ਸੁਣਿਆ ਹੈ ਮੇਰੀਆਂ ਫਰੈਂਡਸ ਹੈਗੀਆਂ ਨੇ ਜਿਹੜੇ ਸੌਂਗਸ ਦੇ ਵਿੱਚ ਕੰਮ ਕਰਦੀਆਂ ਮਾਡਲ ਨੂੰ ਲੈ ਕੇ ਆਓ ਇਹ ਕਰਕੇ ਉਹ ਕੁੜੀ ਨੂੰ ਲੈ ਕੇ ਆਓ ਪਰ ਜਦ ਐਕਟਰ ਹੁੰਦਾ ਹੈ ਜਾਂ ਸਿੰਗਰ ਹੁੰਦਾ ਹੈ ਉਹਨੂੰ ਉਹਦੇ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ ਸੋ ਉਹ ਚੀਜ਼ ਮੈਨੂੰ ਲੱਗਦਾ ਹੈ ਜੇ ਚਾਹੀਦੀ ਹੈ ਇੱਕ ਰਿਸਪੈਕਟ ਦੇ ਨਾਲ ਕਿਉਂਕਿ ਇੱਕ ਕੁੜੀ ਦਾ ਵੀ ਨਾਮ ਹੈ ਉਹ ਮਾਡਲ ਨਹੀਂ ਹੈ ਉਹ ਐਕਟਰ ਨਹੀਂ ਹੈ ਸ਼ੀ ओके ਤੁਸੀਂ ਇੱਕ ਰਿਸਪੈਕਟ ਦੇ ਨਾਲ ਬੁਲਾਉਨੇ ਹੁੰਦਾਸ ਫਾਈਨ ਕਿਉਂ ਜਿਹੜੀ ਲਾਈਕ ਯੂ نو ਯੂ ਕੈਨ ਸੇ ਇਨ ਅ ਬਟ ਮਾਡਲ ਨੂੰ ਲੈ ਕੇ ਆਓ ਦੈਟਸ ਆਈ ਫਾਈਂਡ ਇਟ ਵੈਰੀ ਰੂਡ ਆਈ ਫਾਈਂਡ ਇਟ ਵੈਰੀ ਡਿਸਰੈਸਪੈਕਟਫੁਲ ਪਤਨੀ ਉਹ ਸ਼ੈਦ ਮੈਂ ਬਾਹਰੋਂ ਆਈ ਸ਼ੈਦ ਮੈਨੂੰ ਤਾਂ ਲੱਗਦਾ ਹੈ ਤੇ ਉਹ ਚੀਜ਼ਾਂ ਥੋੜੀਆਂ ਥੋੜੀਆਂ ਚੀਜ਼ਾਂ ਚੇਂਜ ਹੋਣ ਵਾਲੀਆਂ ਨੇ ਬਟ ਆਪਾਂ ਬਹੁਤ ਗਰੋ ਕਰ ਰਹੇ ਆਈ ਥਿੰਕ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ 뮤직 ਇੰਡਸਟਰੀ ਇੱਕ ਗਰੋਇੰਗ ਇੰਡਸਟਰੀ ਹੈ ਆਪਾਂ ਹਜੇ ਬਹੁਤ ਸਿੱਖ ਰਹੇ ਹਾਂ ਨਾਲ ਦੀ ਨਾਲ ਬਹੁਤ ਨਵੀਂ ਜਾਣੇ ਆ ਰਹੇ ਨੇ ਸੋ ਹੌਲੀ ਹੌਲੀ ਗ੍ਰੋਥ ਹੋ ਰਹੀ ਹੈ ਤੇ ਆਪਾਂ ਨੂੰ ਗ੍ਰੋਥ ਵੀ ਅਪਰੀਸ਼ੀਏਟ ਕਰਨੀ ਚਾਹੀਦੀ ਹੈ। ਯਾ ਪੰਜਾਬੀ ਫਿਲਮ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਆ ਤੇ ਆਪਾਂ ਦੇਖ ਰਿਹਾ ਵੀ ਊਮਨ ਏਮਪਾਵਰਮੈਂਟ ਜਿਸ ਤਰ੍ਹਾਂ ਇਹ ਫਿਲਮ ਆ ਰਹੀ ਆ। ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਫਿਲਮ ਮੈਨੂੰ ਲੱਗਦਾ ਸ਼ਾਇਦ ਪਹਿਲੀ ਹੋਊਗੀ। ਇੱਕ ਕਲੀ ਜੋਟ ਆਈ ਆ ਜਿਸ ਦੇ ਵਿੱਚ ਅਸੀਂ ਕੁੜੀ ਨੂੰ ਦੇਖਿਆ ਵੀ ਕਿਸ ਤਰ੍ਹਾਂ ਇੱਕ ਕੁੜੀ ਹਾਈਲਾਈਟ ਕੀਤੀ ਗਈ ਆ। ਇਸ ਫਿਲਮ ਦੇ ਨਾਲ ਤੇ ਤੁਸੀਂ ਬਾਕੀ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹੋਏ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਊਮਨ ਤੇ ਲੈ ਕੇ ਫਿਲਮਾਂ ਬਣੀਆਂ ਨੇ। ਤੁਸੀਂ ਸ਼ਾਇਦ ਅੱਜ ਹੀ ਗੰਗੂਬਾਈ ਦੀ ਵੀ ਪੋਸਟ ਪਾਈ ਹੋਈ ਹੈ ਨਾ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਆਈ ਥਿੰਕ ਇੱਕ ਚੀਜ਼ ਆਪਣੀ ਮਿਸਿੰਗ ਹੈ ਉਹ ਹੈ ਕਿ ਆ ਵੂਮਨ ਰਾਈਟਰਸ ਵੂਮਨ ਰਾਈਟਰਸ ਵੂਮਨ ਡਾਇਰੈਕਟਰਸ ਬਿਕੋਜ਼ ਆਪਣੇ ਕੋ ਵੂਮਨ ਟੱਚ ਕਰਟ ਹੈ ਇੱਕ ਔਰਤੀ ਇੱਕ ਔਰਤ ਦਾ ਦੁੱਖ ਸਮਝ ਸਕਦੀ ਹੈ ਉਹੀ ਉਸ ਚੀਜ਼ ਨੂੰ ਲਿਖ ਸਕਦੀ ਹੈ ਇੱਕ ਪ੍ਰੋਪਰ ਇਮੋਸ਼ਨ ਦੇ ਨਾਲ ਉਹ ਚੀਜ਼ ਮਿਸਿੰਗ ਹੈ ਪਰ ਬਹੁਤ ਜ਼ਿਆਦਾ ਹੁਣ ਅੜਬ ਮੁਟਿਆਰਾ ਇੱਕ ਫਿਲਮ ਹੈ ਜਿਸ ਦੇ ਵਿੱਚ ਇੱਕ ਔਰਤ ਨੂੰ ਇੰਨਾ ਜ਼ਿਆਦਾ ਪਾਵਰਫੁਲ ਦਿਖਾਇਆ ਗਿਆ ਹੈ ਇੰਨੀ ਧਮਾਕੇਦਾਰ ਪਰਫਾਰਮੈਂਸ ਸੀ ਜਿਹੜੀ ਜਿੰਦ ਮਾਹੀ ਫਿਲਮ ਵੀ ਸੀ ਉਹਦੇ ਵਿੱਚ ਵੀ ਤੁਸੀਂ ਇੱਕ ਔਰਤ ਨੂੰ ਦੇਖੋਗੇ ਸ਼ੀ ਇਜ਼ ਵੈਰੀ ਬੱਬਲੀ ਵੈਰੀ ਕੇਅਰਫਰੀ ਯੂ نو ਸੋਨਮ ਦਾ ਕੈਰੈਕਟਰ ਅ ਸ਼ਾਵਾਨੀ ਗਿਰਦਾਰੀ ਲਾਲ 12 ਆਈ ਥਿੰਕ 12 ਜਾਂ 7 ਕੁੜੀਆਂ ਸੀ ਐਦਾ ਕੁਝ ਸੀ ਉਹਦੇ ਵਿੱਚ ਵੀ ਕੁੜੀਆਂ ਨੂੰ ਪਹਿਲ ਦਿੱਤੀ ਗਈ ਹੈ ਕਈ ਫਿਲਮਾਂ ਹੈਗੀਆਂ ਜਿਹਦੇ ਵਿੱਚ ਮੈਂ ਪਰਸਨਲੀ ਮੈਨੂੰ ਲੱਗਦਾ ਹੈ ਕਿ ਸੈਂਸਿਟਿਵ ਟਾਪਿਕਸ ਨੂੰ ਕਾਮੇਡੀ ਚ ਟਰਨ ਕੀਤਾ ਐਂਡ ਇਟ ਵਾਸਨਟ ਨੈਸੈਸਰੀ it was a needed it was done very insensitively but again like i said growing industry hai so mistakes bhi honi a bahut vadiya cheezan bhi hon giya ha. dekho har ek film de vich apniya auratan nu no, phir bhi ek positive light de vich dikhaya janda hai kike filma ha, ne jinna vich required hai hun tusi bollywood film la lo ude vich poora character sab to famous character khabhi khushi khabhi gham right po the character oi hai she is eye candy she is a pretty girl very bubbly this that loud character and she's wearing nice clothes she's looking hot but it's not done in a bad way kay filmaviyan punjab de vich bhi aiyan ne jide vich kudi da kaam sirf sona lagna hai which is not the best thing which is <laughs> not the best thing but kay storyan hi eh ho jiyan hundiyan requirements <laughs> hi hundiyan ne assi chahunde hai ki assi oh to move kariye but hun je ek director di requirement hi oh hai ki assi kudi nu ek bahut vadiya dikhana hot kudi dikhani hai that's that's okay ਬਟ ਆਈ ਥਿੰਕ ਦੈਟਸ ਆਲਸੋ ਨੀਡਸ ਟੂ ਗੋ ਉਹ ਉਹਨੂੰ ਵੀ ਜਾਣ ਦੀ ਲੋੜ ਹੈ ਬਟ ਜੇ ਹੋ ਰਿਹਾ ਇਟਸ ਨਾਟ ਵੀ ਕੈਨਟ ਜਸਟ ਗੋ ਕੰਪਲੀਟਲੀ ਅਗੇਂਸਟ ਉਹ ਹੀ ਮੈਂ ਕਹਿੰਦੀ ਐਕਸਟ੍ਰੀਮ ਫੈਮਿਨਿਜ਼ਮ ਹੈ ਨਾ ਸੋ ਲਾਈਕ ਆਈ ਥਿੰਕ ਦੈਟਸ ਮਾਈ ਪੁਆਇੰਟ ਇੰਡਸਟਰੀ ਤੋਂ ਪਰੇ ਦੀ ਗੱਲ ਕਰਦੇ ਹਾਂ ਹੁਣ ਸੋਸਾਇਟੀ ਸੋਸਾਇਟੀ ਚ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਨਾਰਮਲਾਈਜ਼ ਕਰ ਦਿੱਤਾ ਗਿਆ ਹੈ ਕਿ ਅਗਰ ਸਿਰਫ ਇੱਕ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਚਾਹੇ ਹੈ ਨਾ ਹੱਥ ਚੱਕਿਆ ਉਹੀ ਇੱਕ ਵਾਇਲੈਂਸ ਹੈ ਬਟ ਕੋਈ ਮੈਂਟਲ ਟੌਰਚਰ ਹੈ ਹਨਾ ਉਹਨੂੰ ਨਾਰਮਲਾਈਜ਼ ਕਰ ਦਿੱਤਾ ਗਿਆ ਬਹੁਤ ਸਾਰੇ ਏਰੀਆਸ ਅਜਿਹੇ ਨੇ ਜਿੱਥੇ ਕਿ ਇਹ ਚੀਜ਼ ਨੂੰ ਚੱਕਿਆ ਨਹੀਂ ਜਾਂਦਾ ਇਸ ਗੱਲ ਨੂੰ ਨਹੀਂ ਚੱਕਿਆ ਜਾਂਦਾ ਹਨਾ ਜਿਵੇਂ ਤੁਸੀਂ ਕਹਿਆ ਕਿ ਹੱਲੇ ਵੀ ਕਈ ਪਿੰਡ ਐ ਅਜਿਹੇ ਨੇ ਜਿੱਥੇ ਕੁੜੀਆਂ ਨੂੰ ਰੋਕਿਆ ਜਾਂਦਾ ਹੈ ਹਨਾ ਬਟ ਇਹ ਇਦਾਂ ਵੀ ਲੱਗਦਾ ਕਿ ਇੱਕ ਮਾਈਂਡ ਸੈਟ ਹੀ ਅਜਿਹੇ ਬਣ ਗਿਆ ਕਿ ਨਹੀਂ ਇਹ ਚੱਲਦਾ ਇਨਕ ਤਾਂ ਇਹਨੂੰ ਕਿਵੇਂ ਚੇਂਜ ਕੀਤਾ ਮੈਂ ਓਨੈਸਟੀ ਦੱਸਾਂ ਮੈਂ ਹੁਣੇ ਕਲੀ ਜੋਟਾ ਦੇਖੀ ਹੈ ਸੋ ਮੈਂ ਆਬਵੀਸਲੀ ਮੈਂ ਫਿਲਮ ਇੰਡਸਟਰੀ ਦੀ ਹਾਂ ਸੋ ਮੈਂ ਫਿਲਮ ਦੇ ਨਾਲ ਹੀ ਜੁਆਇਨ ਕਰਕੇ ਇਹ ਤੁਹਾਨੂੰ ਦੱਸਾਂਗੀ ਤੁਸੀਂ ਜੇ ਕਲੀ ਜੋਟਾ ਦਾ ਐਂਡ ਦੇਖਿਆ ਹੈ ਨਾ ਉਹਦੇ ਵਿੱਚ ਇਹੀ ਚੀਜ਼ ਦਿਖਾਈ ਹੈ ਕਿ ਇਟਸ ਨੋਟ ਰਿਕੁਆਇਰਡ ਫॉर द ਰੇਪ ਟੂ ਹੈਪਨ ਇਟਸ ਨੋਟ ਰਿਕੁਆਇਰਡ ਫॉर ਸੰਬਡੀ ਟੂ ਸੈਕਸ਼ੂਅਲੀ ਅਸੌਲਟ ਯੂ ਜੋ ਉਹਦੇ ਤੋਂ ਪਹਿਲਾਂ ਹੁੰਦਾ ਹੈ ਨਾ ਜੇ ਅਸੌਲਟ ਨਹੀਂ ਵੀ ਹੋਇਆ ਨਾ ਤੁਸੀਂ ਜੇ ਕੁੜੀ ਦੇ ਨਾਲ ਧੱਕਾ ਵੀ ਕਰਤਾ ਨਾ ਉਹੀ ਚੀਜ਼ ਬਹੁਤ ਮੈਂਟਲ ਟ੍ਰੋਚਰ ਹੈ ਤੁਸੀਂ ਇੱਕ ਕੁੜੀ ਨੂੰ ਕੁਝ ਕਹਿ ਵੀ ਦਿੰਨੇ ਆ ਨਾ ਉਹ ਵੀ ਐਂਡ ਆਈ ਹੈਵ ਪਰਸਨਲੀ ਐਕਸਪੀਰੀਐਂਸਡ ਇਟ ਮੈਂ ਪਰਸਨਲ ਐਕਸਪੀਰੀਐਂਸ ਤੋਂ ਮੈਂ ਪੰਜਾਬ ਆ ਕੇ ਇਹ ਚੀਜ਼ ਐਕਸਪੀਰੀਐਂਸ ਕੀਤੀ ਹੈ ਕਿ ਮੈਨੂੰ ਕਦੇ ਵੀ ਇੱਕ ਬ੍ਰੇਕਡਾਊਨ ਇੱਕ ਉਸ ਟਾਈਪ ਦਾ ਬ੍ਰੇਕਡਾਊਨ ਨਹੀਂ ਹੋਇਆ ਸੀ ਜਿੱਥੇ ਕਿਸੇ ਕਿਸੇ ਮਰਦ ਨੇ ਮੈਨੂੰ ਇਹੋ ਜੀ ਚੀਜ਼ ਕਹਿਤੀ ਕਿ ਮੈਨੂੰ ਇਦਾਂ ਲੱਗਾ ਕਿ ਯਾਰ ਇਹ ਤਾਂ ਸਾਨੂੰ ਲਾਈਕ ਇਦਾਂ ਸਮਝਦੇ ਜਿਦਾ ਅਸੀਂ ਕੁੱਤੇ ਹੁੰਨੇ ਆ ਆਮ ਸੌਰੀ ਆਮ ਯੂਜ਼ਿੰਗ ਦਾ ਲੈਂਗੁਏਜ ਬਟ ਲਾਈਕ ਕੁੱਤੇ ਦੀ ਥਾਂ ਕਈ ਕੁੜੀਆਂ ਨੂੰ ਰੱਖਦੇ ਨੇ ਇੱਥੇ ਉਹ ਚੀਜ਼ ਆਈ ਥਿੰਕ ਇਜ਼ ਦ ਟੋਚਾ ਉਹ ਉਹ ਚੀਜ਼ ਜ਼ਿਆਦਾ ਟੌਰਚਰ ਹੈ রাইਟ ਸੋ ਉਹ ਦੈਟਸ ਲੈਕ ਆਫ এডੂਕੇਸ਼ਨ ਲੈਕ ਆਫ এডੂਕੇਸ਼ਨ ਮੈਂ ਹੋਰ ਨਹੀਂ ਕੁਝ ਕਹਿ ਸਕਦੀ ਇਹਦੇ ਉੱਤੇ ਆਈ ਥਿੰਕ ਕਿ এডੂਕੇਸ਼ਨ ਹੈ ਜਿਹੜੀ ਮਿਸਿੰਗ ਹੈ ਇਫ ਵੀ ਡਿਡ ਹੈਵ ਸੈਕਸ এডੂਕੇਸ਼ਨ ਇਨ ਪੰਜਾਬ ਇਫ ਏਵਰੀ ਪੇਰੈਂਟ ਸੈਂਟ ਦੇ ਹਰ ਇੱਕ ਮੈਂ ਸੁਣਿਆ ਹੈ ਇੱਥੇ ਪਿੰਡਾਂ ਦੇ ਵਿੱਚ ਮੇਰੀ ਖੁਦ ਦੀ ਫੈਮਲੀਆਂ ਜਿਹੜੀਆਂ ਇੱਥੇ ਨੇ ਉਹ ਆਪਣੇ ਬੱਚਿਆਂ ਨੂੰ ਸੈਕਸ এডੂਕੇਸ਼ਨ ਤੋਂ ਮਨਾ ਕਰ ਦਿੰਦੇ ਨੇ ਜਿਹੜੀ ਲੈਟਰ ਆਉਂਦੀ ਹੈ ਕਰੇ ਕਿਉਂ ਆਈ ਥਿੰਕ ਉਹਦੇ ਵਿੱਚ ਵਰਡ ਆ ਗਿਆ ਨਾ ਸੈਕਸ ਬਟ ਯੂ نو ਵਾਟ ਜੀ ਤੁਸੀਂ ਆਪਣੇ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਵੋਗੇ ਨਾ ਇਟਸ ਵੈਰੀ ਇੰਪੋਰਟੈਂਟ ਉਹਨਾਂ ਦਾ ਮਾਈਂਡ ਸੈਟ ਉਹਨਾਂ ਦੀ ਕੁੜੀਆਂ ਨੂੰ ਮੁੰਡਿਆਂ ਨੂੰ ਦੇਖਣ ਦੀ ਨਜ਼ਰ ਇਟਸ ਗਨ ਟ ਚੇਂਜ ਤੇ ਮੈਨੀ ਕਹਿੰਦੀ ਕਿ ਹਰ ਇੱਕ ਵਾਰ ਮੁੰਡਾ ਵੀ ਗਲਤ ਹੈ ਕੁੜੀਆਂ ਵੀ ਬਹੁਤ ਮੁੰਡਿਆਂ ਨੂੰ ਟੌਰਚਰ ਕਰਦੀਆਂ ਨੇ ਕੁੜੀਆਂ ਵੀ ਸੈਕਚੁਅਲੀ ਅਸੌਲਟ ਕਰਦੀਆਂ ਨੇ ਮੁੰਡਿਆਂ ਨੂੰ ਇਟਸ ਇਨ ਦਾ ਲਾ ਆਪਣੇ ਲਾ ਦੇ ਵਿੱਚ ਹੈ ਕਿ ਗਾਇ ਕੈਨ ਬੀ ਅਸੌਲਟਡ ਫਿਜ਼ਿਕਲੀ ਰਾਈਟ ਬਟ ਏ ਚੀਜ਼ਾਂ ਐਜੂਕੇਸ਼ਨ ਤੇ ਹੀ ਬੇਸਿਸ ਨੇ ਲਾਈਕ ਯੂ نو ਜਿਹੜਾ ਤੁਸੀਂ ਕਹਿੰਦੇ ਕਿ ਪਿੰਡਾਂ ਦੇ ਵਿੱਚ ਮੈਂਟਲ ਟੌਰਚਰ ਜਿਹੜਾ ਹੁੰਦਾ ਹੈ ਇਟਸ ਨਾਟ ਜ਼ਰੂਰੀ ਕਿ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਵੇ ਉਹ ਜਿਹੜਾ ਚੀਕ ਚੜਾਕਾ ਵੀ ਹੁੰਦਾ ਨਾ ਕਰੇ ਉਹ ਵੀ ਬਹੁਤ ਜ਼ਿਆਦਾ ਟੌਰਚਰ ਹੈ ਹੁਣ ਆਪਾਂ ਪਿੰਡਾਂ ਦੀਆਂ ਔਰਤਾਂ ਜਾਂ ਦੇਖਦੇ ਆ ਸਾਡੇ ਬਜ਼ੁਰਗ ਜੋ ਨੇ ਲਾਈਕ ਜਿਹੜੀਆਂ ਔਰਤਾਂ ਨੇ ਬਜ਼ੁਰਗਾਂ ਦੇ ਵਿੱਚ ਆਪਣੀਆਂ ਉਹਨਾਂ ਨੇ ਵੀ ਬਹੁਤ ਕੁਝ ਸਿਆ ਆ ਬਟ ਉਹ ਉਹਨਾਂ ਨੂੰ ਲੱਗਦਾ ਕਿ ਨਾਰਮਲ ਹੀ ਹੈ ਸੋ ਜਿਹੜੇ ਬੱਚੇ ਵੀ ਨੇ ਉਹਨਾਂ ਤੇ ਵੀ ਇਹ ਚੀਜ਼ ਇਹ ਨਾਰਮਲ ਹੈ ਤੈਨੂੰ ਥੋੜਾ ਬਹੁਤ ਸੁਣਨੀਆਂ ਹੀ ਪੈਣੀਆਂ ਗੱਲਾਂ ਕਿਉਂ ਇਹ ਕਹਿੰਦੇ ਨੇ ਆਪਣੀਆਂ ਕੁੜੀਆਂ ਨੂੰ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਇਹ ਵੀ ਚੀਜ਼ ਤੋਂ ਆਪਾਂ ਨੂੰ ਪ੍ਰੇ ਹਾਲੀ ਹਾਲੀ ਹੋਊਗਾ ਲਾਈਕ ਜਿਹੜੀ ਚੀਜ਼ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਹੈ ਜਿਹੜੀ ਚੀਜ਼ ਤੇ ਐਜੂਕੇਸ਼ਨ ਹੀ ਨਹੀਂ ਹੋ ਰਹੀ ਤਾਂ ਉਹ ਚੀਜ਼ ਆਪਾਂ ਕਿਵੇਂ ਮੈਂ ਆ ਕੇ ਇੱਥੇ ਭਾਸ਼ਣ ਦੇ ਦਵਾਂ ਕਿ ਤੁਸੀਂ ਬਦਲੋ ਬਦਲੋ ਮੇਰੇ ਭਾਸ਼ਣ ਨੂੰ ਕਿਸੇ ਨੇ ਸੁਣਨਾ ਵੀ ਨਹੀਂ ਸ਼ਾਇਦ ਰਾਈਟ ਉਹ ਕਹਿਣਗੇ ਬੰਦ ਕਰੋ ਕੀ ਹੈ ਰਾਈਟ ਇਹਦੇ ਵਿੱਚ ਮੈਨੂੰ ਲੱਗਦਾ ਜਿਵੇਂ ਹੁਣੇ ਕਲੀ ਜੋਟਾ ਆਈ ਹੈ ਤਾਂ ਉਹਨੇ ਬਹੁਤ ਇੰਪੈਕਟ ਪਾਇਆ ਬਹੁਤ ਜ਼ਿਆਦਾ ਜੇ ਕਿਉਂਕਿ ਅਸੀਂ ਤਾਂ ਲੋਕਾਂ ਨਾਲ ਗੱਲ ਕਰਦੇ ਆ ਹਨਾ ਤੇ ਅਸੀਂ ਵੇਖਿਆ ਹੈ ਲੋਕ ਰੋਂਦੇ ਨੇ ਉਥੋਂ ਨਿਕਲ ਕੇ ਇੱਕ ਸੋਚ ਜਿਹੜੀ ਹੈ ਉਹ ਬਦਲੀ ਹੈ ਤੇ ਇੰਡਸਟਰੀ ਬਹੁਤ ਵੱਡਾ ਰੋਲ ਇਹ ਚ ਪਲੇ ਕਰ ਸਕਦੀ ਹੈ ਤੇ ਮੈਂ ਇਹ ਵੀ ਚਾਹੂੰਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜਦੋਂ ਕੋਈ ਵੀ ਮੂਵੀ ਪਿਕ ਕਰਨੀ ਆ ਕਿ ਇਹ ਮੂਵੀ ਮੈਂ ਕਰਨੀ ਆ ਉਸ ਸਮੇਂ ਤੁਸੀਂ ਐਜ਼ ਅ ਵਮਨ ਹੋਣ ਦੇ ਨਾਤੇ ਤੁਸੀਂ ਆਪਣੇ ਲੈਵਲ ਦੇ ਉੱਤੇ ਕਿਸ ਤਰੀਕੇ ਦਾ ਫਿਰ ਚੇਂਜ ਲੈ ਕੇ ਆਉਣ ਦੀ ਕੋਸ਼ਿਸ਼ ਕਰੋਗੇ ਕਿ ਜਦੋਂ ਮੈਂ ਕੋਈ ਵੀ ਸਟੋਰੀ ਸੁਣਨੀ ਹੈ ਵੀ ਇਹ ਫਿਲਮ ਮੈਂ ਕਰਨੀ ਹੈ ਇਹ ਮੈਂ ਨਹੀਂ ਕਰਨੀ ਹੈ ਤਾਂ ਉੱਥੇ ਕੋਸ਼ਿਸ਼ ਐਵੇਂ ਦੀ ਹੋਵੇ ਕਿ ਨਹੀਂ ਇੱਥੇ ਇਹ ਵਿਮਨ ਬਾਰੇ ਹੈ ਇਹ ਵਿਮਨ ਓਰੀਐਂਟਡ ਹੈ ਇਸ ਦੇ ਨਾਲ ਸੋਸਾਇਟੀ ਦੇ ਵਿੱਚ ਇਹ ਫਰਕ ਪੈ ਸਕਦਾ ਆ ਇਸ ਦੇ ਨਾਲ ਉਹਨਾਂ ਮੁੱਦਿਆਂ ਤੇ ਗੱਲ ਹੋ ਸਕਦੀ ਹੈ ਜਿਹਦੇ ਉੱਤੇ ਜਿਹੜੀਆਂ ਔਰਤਾਂ ਨੂੰ ਇੱਕ ਵੱਖ ਸਾਈਡ ਤੇ ਲੈ ਕੇ ਜਾ ਸਕਦੀਆਂ ਨੇ ਮੈਂ ਉਹੀ ਸਟੋਰੀ ਚੂਜ਼ ਕਰਾਂ ਜਿਹੜੀ ਔਰਤਾਂ ਦੇ ਨਾਲ ਜਿਹੜੀ ਜਾਂ ਫਿਰ ਔਰਤਾਂ ਦੀ ਦਸ਼ਾ ਨੂੰ ਸੁਧਾਰ ਸਕੇ ਆਈ ਥਿੰਕ ਦੈਟਸ ਕਰੈਕਟ ਆਈ ਥਿੰਕ ਮੇਰੀ ਪੂਰੀ ਕੋਸ਼ਿਸ਼ ਰਹੂਗੀ ਮੈਂ ਜਦੋਂ ਇਸ ਇੰਡਸਟਰੀ ਚ ਆਈ ਵੀ ਹਾਂ ਤਾਂ ਮੈਨੂੰ ਇਹ ਸੀ ਕਿ ਹਮੇਸ਼ਾ ਵਧੀਆ ਗੁੱਡ ਰੋਲ ਮਿਲੇ ਮੈਨੂੰ ਇੰਪੈਕਟਫੁਲ ਰੋਲ ਮਿਲੇ ਜਿੰਦਮਾਹੀਚ ਮੇਰਾ ਰੋਲ ਚਾਹੇ ਲਾਈਕ ਸੈਕੰਡ ਹਾਫ ਚ ਜ਼ਿਆਦਾ ਆਉਂਦਾ ਹੈ ਬਟ ਇਟ ਵਾਸ ਸਟਿਲ ਸਮਥਿੰਗ ਦੈ ਚੇਂਜ ਦਿ ਨੈਰੇਟਿਵ ਆਫ ਦਿ ਸਟੋਰੀ ਜੂਸ ਕੈਰੈਕਟਰ ਨੂੰ ਤੁਸੀਂ ਕੱਢ ਦੋ ਬਹੁਤ ਸਾਰੀ ਨੈਰੇਟਿਵ ਚੇਂਜ ਹੋ ਜਾਣੀ ਹੈ ਉਸ ਸਟੋਰੀ ਦਾ ਸ਼ੈ ਸਟੋਰੀ ਦੀ ਮੀਨਿੰਗ ਬਦਲ ਜਾਵੇ ਮਿੱਤਰਾ ਦਾ ਨਾ ਚੱਲਦਾ ਜੇ ਕਰਮ ਦਾ ਕੈਰੈਕਟਰ ਤੁਸੀਂ ਕੱਢ ਦਿੰਨੇ ਹੋ ਤਾਂ ਬਹੁਤ ਚੀਜ਼ਾਂ ਡਿਸਜੋਇੰਟਡ ਹੋ ਜਾਂਦੀਆਂ ਕਿ ਅੱਛਾ ਫਿਰ ਆ ਨਹੀਂ ਹੋਣਾ ਔ ਨਹੀਂ ਹੋਣਾ ਆਈ ਕੈਨ ਪ੍ਰੋਮਿਸ ਯੂ ਹੁਣੇ ਸਾਡੇ ਡਾਇਰੈਕਟਰਸ ਦੇ ਨੇ ਰਾਈਟ ਡਾਇਰੈਕਟਰ ਸਾਨੂੰ ਕਹਿ ਉਹ ਜਿਆ ਰੋਲ ਦਿੰਦੇ ਨੇ ਅਸੀਂ ਨਿਭਾ ਸਕਦੇ ਆ ਜਦੋਂ ਸਾਨੂੰ ਮਿਲੇ ਐਂਡ ਆਈ ਥਿੰਕ ਨੀਰੂ ਮੈਮ ਹੈਜ਼ ਟੇਕਨ ਅ ਸਟੈਪ ਥੈਟ ਨੋਬਾਡੀ ਹੈਜ਼ ਟੇਕਨ ਬਿਫੋਰ ਟੂ ਡੂ ਥੈਟ ਇਨ ਅ ਫਿਲਮ ਇਨਕ੍ਰੈਡੀਬਲ ਮੈਂ ਬੱਸ ਇਹ ਚਾਹਾਂਗੀ ਕਿ ਜਿਹੜੀ ਵੀ ਫਿਲਮ ਆਵੇ ਚਾਹੇ ਉਹ ਮਿੱਤਰਾਂ ਦਾ ਨਾ ਚੱਲਦਾ ਹੈ ਚਾਹੇ ਉਹ ਕਲੀ ਜੋਟਾ ਹੈ ਕੋਈ ਵੀ ਹੈ ਇੱਕ ਡਿਸਕਸ਼ਨ ਸਟਾਰਟ ਹੋਵੇ ਟੇਬਲ ਤੇ ਤਾਂ ਬੈਠਣਾ ਸ਼ੁਰੂ ਕਰੀਏ ਆਪਾਂ ਜਦੋਂ ਹੁਣ ਅੱਜ ਆਪਾਂ ਡਿਸਕਸ਼ਨ ਕਰ ਰਹੇ ਆ ਫੈਮਿਲੀਜ਼ ਦੇ ਵਿੱਚ ਤਾਂ ਸਾਡੇ ਉੱਥੇ ਇੰਗਲੈਂਡ ਦੇ ਵਿੱਚ ਅਸੀਂ ਫੈਮਿਲੀ ਡਿਨਰ ਕਰਦੇ ਆਂ ਰੋਜ਼ ਰਾਤ ਨੂੰ ਅਸੀਂ ਸ਼ੇਅਰ ਕਰਦੇ ਕਿ ਤੇਰਾ ਦਿਨ ਕਿੱਦਾਂ ਗਿਆ ਤੇਰਾ ਦਿਨ ਕਿੱਦਾਂ ਗਿਆ ਤੂੰ ਕੀ ਕੀਤਾ ਤੂੰ ਕੀ ਕੀਤਾ ਰਾਈਟ ਸਾਡੇ ਹੁੰਦਾ ਹੈ ਇਹ ਬਟ ਪੰਜਾਬ ਦੇ ਵਿੱਚ ਤਾਂ ਇੱਕ ਦੂਜੇ ਨਾਲ ਬੈਠਦੇ ਵੀ ਨਹੀਂ ਹੈਗੇ ਨਿਆਣੇ ਅੰਦਰ ਬੈਠੇ ਨੇ ਆਪਣਾ ਪੜ ਪੜ ਰਹੇ ਨੇ ਜਿਹੜੇ ਬਜ਼ੁਰਗ ਨੇ ਉਹ ਬਾਹਰ ਬੈਠੇ ਨੇ ਜਾਂ ਕੋਈ ਖੇਤਾਂ ਨੂੰ ਚਲਾ ਗਿਆ ਜਾਂ ਕਿਤੇ ਚਲਾ ਗਿਆ ਕੰਮ ਨੇ ਪਰ ਫਿਰ ਵੀ ਇੱਕ ਉਹ ਬੌਂਡ ਨਹੀਂ ਹੈਗਾ ਕਨੈਕਸ਼ਨ ਯਾ ਸੋ ਤੁਹਾਡੀ ਫਿਲਮ ਚ ਜਿੱਦਾਂ ਮੈਂ ਸੁਣਿਆ ਕਿ ਗਿੱਪੀ ਸਦਾ ਜਿਹੜਾ ਕੈਰੈਕਟਰ ਆ ਉਹ ਸਪੋਰਟ ਕਰ ਰਹੇ ਨੇ ਹਨਾ ਤਾਂ ਇੱਕ ਮੇਲ ਦੀ ਕੀ ਇੰਪੋਰਟੈਂਸ ਆ ਔਮਨ ਏਮਪਾਵਰਮੈਂਟ ਵਿੱਚ ਕਿਉਂਕਿ ਇੱਕ ਔਰਤ ਵੀ ਕਦੀ ਨਹੀਂ ਸਪੋਰਟ ਕਰਦੀ ਜਾਂ ਇੱਕ ਮਰਦ ਵੀ ਕਦੇ ਸਪੋਰਟ ਨਹੀਂ ਕਰਦਾ ਬਟ ਫਿਰ ਵੀ ਇੱਕ ਮੇਲ ਦੀ ਕੀ ਇੰਪੋਰਟੈਂਸ ਆ ਕਿਉਂਕਿ ਇਕਵੈਲਟੀ ਤਾਂ ਚਾਹੀਦੀ ਹੈ ਨਾ ਇੱਕ ਔਮਨ ਏਮਪਾਵਰਮੈਂਟ ਦੇ ਲਈ ਵੀ ਤਾਂ ਤੁਹਾਨੂੰ ਕੀ ਲੱਗਦਾ ਕਿ ਮੇਲ ਕਿੰਨਾ ਕੁ ਇੰਪੋਰਟੈਂਸ ਰੱਖਦਾ ਇੱਕ ਮੇਲ ਹੀ ਦੱਸ ਸਕਦਾ ਹੈ ਕਿ ਕੀ ਸਹੀ ਹੈ ਜੇ ਇੱਕ ਬੰਦਾ ਤੁਹਾਨੂੰ ਟ੍ਰੀਟ ਸਹੀ ਕਰ ਦੇਵੇ ਇੱਕ ਵਾਰ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਕੋਈ ਰਿਸਪੈਕਟ ਦੇ ਨਾਲ ਤੁਹਾਡੇ ਲੈਕ ਪੈਰਾਂ ਦੇ ਥੱਲੇ ਆਪਣੇ ਹੱਥ ਧਰ ਦਵੇ ਨਾ ਤਾਂ ਤੁਹਾਨੂੰ ਇਹ ਪਤਾ ਹੋਣਾ ਹੈ ਕਿ ਉਹ ਚੀਜ਼ ਸਹੀ ਸੀ ਆ ਗਲਤ ਹੈ ਸੋ ਇੱਕ ਮਰਦ ਹੀ ਤੁਹਾਨੂੰ ਸਹੀ ਸਿਖਾ ਸਕਦਾ ਹੈ ਕਿ ਆ ਚੀਜ਼ ਸਹੀ ਹੈ ਉਹ ਚੀਜ਼ ਜਿਹੜਾ ਉਹ ਮਰਦ ਕਰ ਰਿਹਾ ਹੈ ਉਹ ਗਲਤ ਹੈ ਸੋ ਸਾਡੀ ਫਿਲਮ ਦੇ ਵਿੱਚ ਇਹ ਹੈ ਕਿ ਇੱਕ ਗਲਤ ਬੰਦੇ ਵੀ ਨੇ ਸਾਡੀ ਫਿਲਮ ਦੇ ਵਿੱਚ ਪਰ ਇਹ ਗਿੱਪੀ ਜੀ ਨੇ ਜਿਹੜੇ ਸਿਖਾਉਂਦੇ ਨੇ ਕਿ ਅੱਛਾ ਸਹੀ ਮੁੰਡੇ ਵੀ ਹੁੰਦੇ ਨੇ ਸੋ ਇਟਸ ਨਾਟ ਜਸਟ ਅਬਾਊਟ ਉਹੀ ਮੈਂ ਕਹਿੰਦੀ ਕਿ ਸਿਰਫ ਜੈਂਡਰ ਦੀ ਗੱਲ ਨਹੀਂ ਹੁੰਦੀ ਇਨਸਾਨ ਚੰਗਾ ਬੁਰਾ ਹੁੰਦਾ ਹੈ ਇੱਕ ਔਰਤ ਚੰਗੀ ਨਹੀਂ ਹੁੰਦੀ ਇੱਕ ਔਰਤ ਬੁਰੀ ਵੀ ਨਹੀਂ ਹੁੰਦੀ ਇੱਕ ਮਰਦ ਚੰਗਾ ਜਾਂ ਮਰਦ ਬੁਰਾ ਆਪਾਂ ਇਹ ਸੈਕਸ ਨੂੰ ਡਿਫਾਈਨ ਨਹੀਂ ਕਰ ਸਕਦੇ ਕਿ ਮਰਦ ਬੁੜੇ ਬੁੜੇ ਨੇ ਜਾਂ ਲਾਈਕ ਊਮਨ ਆਰ ਨਾਟ ਨਾਈਸ ਰਾਈਟ ਇਟਸ ਜਸਟ ਇਨਸਾਨ ਚੰਗੇ ਬੁਰੇ ਹੁੰਦੇ ਨੇ ਤੇ ਆਈ ਥਿੰਕ ਇਹੀ ਚੀਜ਼ ਆਪਾਂ ਨੂੰ ਪਰਖਣੀ ਪੈਣੀ ਹੈ ਇਹ ਹੌਲੀ ਹੌਲੀ ਜਦੋਂ ਆਪਾਂ ਗਰੋ ਕਰਦੇ ਆਂ ਜ਼ਿੰਦਗੀ ਦੇ ਵਿੱਚ ਉਦੋਂ ਹੀ ਤੁਹਾਨੂੰ ਪਰਖ ਦਾ ਪਤਾ ਲੱਗਦਾ ਇੱਕ 5 ਸਾਲ ਦੇ ਨਿਆਣੇ ਨੂੰ ਇੱਕ ਬੰਦੇ ਦੀ ਪਰਖ ਨਹੀਂ ਹੁੰਦੀ ਹਮ ਬਿਲਕੁਲ ਬਟ ਇੱਕ 23 ਸਾਲ ਦੀ ਕੁੜੀ ਨੂੰ ਸ਼ਾਇਦ ਥੋੜੀ ਥੋੜੀ ਪਰਖ ਆਉਣ ਲੱਗ ਜਵੇ ਤਾਂ ਤੁਸੀਂ 40 ਸਾਲ ਦੀ ਉਮਰ ਤੱਕ ਪਹੁੰਚਦੇ ਹੋ ਤੁਹਾਨੂੰ ਪਰਖ ਆ ਜਾਂਦੀ ਹੈ ਕਰਨੀ। ਹੂੰ। ਤੇ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਸੀਰੀਅਸ ਟਾਪਿਕ ਤੇ ਅਸੀਂ ਗੱਲ ਕੀਤੀ ਹੈ। ਅਸੀਂ ਤੁਹਾਨੂੰ ਉਹ ਵੀ ਨਹੀਂ ਸੀ ਰੱਖਣਾ ਚਾਹੁੰਦੇ ਕਿ ਸਿਰਫ ਆਪਾਂ ਮੂਵੀਜ਼ ਤੇ ਗੱਲ ਕਰ ਲਈ ਆਪਾਂ ਹੱਸਾ ਠੱਠਾ ਕਰ ਲਿਆ ਹਨਾ ਇਸ ਕਰਕੇ ਅਸੀਂ ਇਸ ਸੀਰੀਅਸ ਟਾਪਿਕ ਤੇ ਤੁਹਾਨੂੰ ਬੁਲਾਇਆ ਸੀਗੇ ਆਪਾਂ ਗੱਲਬਾਤ ਕਰੀਏ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਤੁਸੀਂ ਕਹਿ ਰਹੇ ਹੋ ਪੰਜਾਬੀ ਇੰਡਸਟਰੀ ਆ ਕੋਈ ਵੀ ਇੰਡਸਟਰੀ ਗਰੋ ਕਰ ਰਹੀ ਆ। ਪਰ ਉਹਦੇ ਵਿੱਚ ਸੋਸ਼ਲ ਚੇਂਜ ਜੋ ਚਾਹੀਦਾ ਹੁੰਦਾ ਆਪਾਂ ਨੂੰ ਉਹ ਚੀਜ਼ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਚੇਂजेस ਹੋਰ ਆਉਣੇ ਚਾਹੀਦੇ ਨੇ ਆਈ ਥਿੰਕ ਵਨ ਆਫ ਦਾ ਮੇਨ ਚੇਂजेस ਇਜ਼ ਰਿਸਪੈਕਟ ਰਿਸਪੈਕਟ ਇਜ਼ ਰਿਕੁਆਇਰਡ ਜਿਆਦਾ ਰਿਸਪੈਕਟ ਹੋ ਸਕਦੀ ਹੈ ਇੱਕ ਐਸ ਐਸ ਆਈ ਸੈੱਡ ਪੇ ਸ਼ੁੱਡ ਬੀ ਇਕੁਅਲ ਜਿਵੇਂ ਬੰਦਾ ਵਧੀਆ ਪੇ ਲੈ ਸਕਦਾ ਤਾਂ ਕੁੜੀ ਨੂੰ ਵੀ ਸੇਮ ਪੇ ਮਿਲਣੀ ਚਾਹੀਦੀ ਹੈ ਐਂਡ ਆਲਸੋ ਆਈ ਥਿੰਕ ਪੋਲਿਟিক্যাল ਰਿਪਰੈਜ਼ੈਂਟੇਸ਼ਨ ਜਿੰਨਾ ਤੱਕ ਆਪਣੀ ਪੋਲਿਟিক্যাল ਰਿਪਰੈਜ਼ੈਂਟੇਸ਼ਨ ਦੇ ਵਿੱਚ ਯੂ نو ਵੀ ਡੋਨਟ ਹੈਵ ਔਮਨ ਰਿਪਰੈਜ਼ੈਂਟਿੰਗ ਆਵਰ ਕੰ ਹੂੰ ਉਹਨਾਂ ਤੱਕ ਸੁਧਾਰ ਨਹੀਂ ਆਊਗਾ ਸੋ ਵੀ ਨੀਡ ਮੋਰ ਔਮਨ ਐਂਡ ਦੈਟਸ ਇਨ ਦੈਟਸ ਇਨ ਦ ਯੂਕੇ ਐਸ ਵੈਲ ਦ ਯੂਕੇ ਜਾ ਉੱਥੇ ਵੀ ਬਹੁਤ ਔਮਨ ਅੰਡਰ ਰੈਪਰੈਜ਼ੈਂਟਡ ਨੇ ਪੋਲਿਟਿਕਲ ਇੰਸਟੀਟਿਊਸ਼ਨਸ ਦੇ ਵਿੱਚ ਬਟ ਦੈਟਸ ਰਿਕੁਆਇਰਡ ਐਂਡ ਆਈ ਥਿੰਕ ਵੀ ਨੀਡ ਟੂ ਸਟਾਰਟ ਐਜੂਕੇਟਿੰਗ ਆਰਸੈਲਵਜ਼ ਥੋੜਾ ਬਹੁਤਾ ਆਪਾਂ ਵੀ ਇਨੀਸ਼ੀਏਟਿਵ ਲਈਏ ਕਿ ਅਸੀਂ ਚਲੋ ਜੇ ਅਸੀਂ ਫਿਲਮ ਇੰਡਸਟਰੀ ਦੇ ਵਿੱਚ ਫਿਲਮਾਂ ਬਣਾ ਰਹੇ ਆਂ ਤਾਂ ਜਿਹੜੀ ਆਡੀਅנס ਹੈ ਉਹ ਵੀ ਥੋੜਾ ਇਨੀਸ਼ੀਏਟਿਵ ਲੈ ਕੇ ਥੋੜਾ ਕੁਝ ਸਿੱਖਣ ਦੀ ਕੋਸ਼ਿਸ਼ ਕਰੇ ਥੋੜਾ ਬਹੁਤਾ ਆਪਾਂ ਸਰਚ ਸਾਰਿਆਂ ਕੋਲ ਫੋਨਸ ਨੇ ਸਾਰਿਆਂ ਕੋ ਇੰਟਰਨੈਟ ਹੈ ਸੋ ਥੋੜਾ ਬਹੁਤ ਆਪਾਂ ਪੜ੍ਹੀਏ ਸਿੱਖੀਏ ਇਸ ਚੀਜ਼ਾਂ ਤੇ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਸਿੱਖ ਸਕੇ ਸਕੂਲਾਂ ਦੇ ਵਿੱਚ ਉਹ ਚੀਜ਼ਾਂ ਆਪਾਂ ਖੁਦ ਸਿੱਖੀਏ ਤਾਂ ਸ਼ਾਇਦ ਆਪਣੀ ਆਈ ਇੰਡੀਆ ਇਸ 6th on the economic global you know state ਆਪਣੀ ਫਾਈਨੈਂਸ਼ਲੀ ਅ ਵਿਦ 6th right आई थिंक इट्स 5th ਨਾ ਜੇ ਮੈਂ ਇਨਕਰੈਕਟ ਨਾ ਜੇ ਹੋਵਾਂ ਬਟ ਫਿਰ ਆਪਾਂ ਐਜ਼ ਅ ਸੋਸਾਇਟੀ ਕਿਉਂ ਨਹੀਂ 5th 6th ਤੇ ਹੋ ਸਕਦੇ why can we rise up on that right the education hi mainu lagda ki is da best i've i've done so many uh, essays mere ko main thonu page vi dawangi je mere tosi university di degree jina to mainu mili hai essays othe je tusi dekhoge it's always education is the root cause of हाँ. everything so othe ਥੋੜਾ ਬਹੁਤ ਆਪਾਂ ਨੂੰ ਖੁਦ ਐਜੂਕੇਟ ਕਰਨਾ ਚਾਹੀਦਾ ਆਪਣੇ ਆਪ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਤੇ ਤੁਸੀਂ ਗੱਲਬਾਤ ਕੀਤੀ ਹੈ ਤੇ ਤੁਹਾਡੀ ਮੂਵੀ ਲਈ ਤੁਹਾਨੂੰ ਦੁਆਵਾ ਕਿ ਤੁਸੀਂ ਬਹੁਤ ਚੰਗੀ ਜਾਵੇ ਇਹ ਮੂਵੀ ਤੇ ਇਹ ਤੋਂ ਅੱਗੇ ਤੁਸੀਂ ਹੋਰ ਵੀ ਬਹੁਤ ਸਾਰੇ ਜਿਹੇ ਟੌਪਿਕਸ ਦੇ ਉੱਤੇ ਫਿਲਮਾਂ ਲੈ ਕੇ ਆਓ ਜਿਨ੍ਹਾਂ ਨੂੰ ਦਰਸ਼ਕ ਪਿਆਰ ਕਰਨ ਤੇ ਸਾਡਾ ਸਿਨੇਮਾ ਜਿਹੜਾ ਪੰਜਾਬੀ ਸਿਨੇਮਾ ਜਿਹੜਾ ਉਹ ਇਸ ਬਾਰੇ ਗੱਲ ਕਰੇ ਔਰਤਾਂ ਬਾਰੇ ਗੱਲ ਕਰੇ ਹਨਾ ਤੇ ਸਟੋਰੀਜ਼ ਜ਼ਰੂਰ ਵੱਖਰੀਆਂ ਆਉਣ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਰਾਜਦੀਪ ਉਹਨਾਂ ਫਿਲਮਾਂ 'ਚ ਦੇਖਣਗੇ ਜਿਹੜੀਆਂ ਫਿਲਮਾਂ ਇੱਕ ਬੈਂਚਮਾਰਕ ਜਿਹੜਾ ਨਾ ਉਹ ਪੰਜਾਬ ਦੇ ਵਿੱਚ ਸੈੱਟ ਕਰਕੇ ਜਾਣਗੀਆਂ ਕਿ ਨਹੀਂ ਉਦੋਂ ਫਿਲਮ ਆਈ ਸੀਓ ਚ ਰਾਜ ਨੇ ਕੰਮ ਕੀਤਾ ਸੀਗਾ ਆਲ ਦਾ ਬੈਸਟ ਮੈਂ ਇਹ ਕਹਿਣਾ ਚਾਹੂੰਗੀ ਜਿਸ ਬਿਫੋਰ ਆਈ ਗੋ ਕਿ ਮੇਰੇ ਅਪੀਨੀਅਨ ਸ਼ਾਇਦ ਸਾਰਿਆਂ ਨਾਲ ਮੈਚ ਨਾ ਕਰੇ ਜੇ ਮੇਰੇ ਤੋਂ ਕੋਈ ਪੁਲਚੁਕ ਹੋਈ ਜੇ ਤੁਹਾਨੂੰ ਮੇਰੀ ਗੱਲ ਕੋਈ ਨਹੀਂ ਚੰਗੀ ਲੱਗੀ ਤਾਂ ਉਹਦੇ ਲਈ ਮੈਂ ਮਾਫੀ ਮੰਗਦੀ ਆ ਬਟ ਆਈ ਥਿੰਕ ਸਾਰਿਆਂ ਦੇ ਅਪੀਨੀਅਨਸ ਵੱਖ-ਵੱਖ ਹੁੰਦੇ ਨੇ ਆਪਾਂ ਬਹੁਤ ਮਾਡਰਨ ਸੋਸਾਇਟੀ ਦੇ ਵਿੱਚ ਰਹਿੰਦੇ ਆ ਜਿੱਥੇ ਆਪਾਂ ਬਹੁਤ ਵੋਕਲ ਆ ਹਾਂ ਕਿਉਂਕਿ ਸਭ ਨੂੰ ਬੋਲਣ ਦਾ ਅਧਿਕਾਰ ਹੈ ਤਾਂ ਜੇ ਰਾਜਦੀਪ ਨੇ ਕੁਝ ਕਿਹਾ ਆ ਤਾਂ ਮਤਲਬ ਕੋਈ ਪਰਸਨਲ ਨਾ ਲੈ ਕੇ ਜਾਇਓ ਜਾਂ ਕੋਈ ਨਾ ਕਹਿ ਕੇ ਹਾਂ ਸਾਨੂੰ ਵੀ ਨਾ ਲੈ ਕੇ ਜਾਇਓ ਅਸੀਂ ਸਿਰਫ ਡਿਸਕਸ ਕੀਤਾ ਆ ਤੇ ਤੁਸੀਂ ਸਾਡੀ ਗੱਲ ਸੁਣਿਓ ਤੇ ਉਸ ਤੋਂ ਬਾਅਦ ਭੁੱਲ ਜਿਓ ਤੇ ਜਿਹੜੀ ਚੰਗੀਆਂ ਨੇ ਉਹਨਾਂ ਨੂੰ ਆਪਣੇ ਨਾਲ ਲੈ ਜਿਓ ਥੈਂਕ ਯੂ ਸੋ ਮਚ